ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਵਾਲੀਆ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਇੱਕ ਵਾਰ ਫਿਰ ਤੋਂ ਅਸੀਂ ਲਾਈਵ ਹਾਂ ਆਪਣੇ ਚੈਨਲ ਪ੍ਰਾਈਮ ਏਸ਼ੀਆ ਟੀ ਵੀ 'ਤੇ ਨਾਲ ਦੇ ਨਾਲ ਸਾਡੇ ਯੂਟਿਊਬ ਚੈਨਲ ਦੇ ਉੱਪਰ ਵੀ ਅਤੇ ਕੱਲ੍ਹ ਸੁੱਖ ਨਾਲ ਪੰਜਾਬ 'ਚ ਵੋਟਾਂ ਪੈ ਗਈਆਂ ਜੀ ਅਤੇ ਅੱਜ ਦਾ ਜਿਹੜਾ ਦਿਹਾੜਾ ਹੈ ਵੈਸੇ ਤਾਂ ਆਮ ਬੰਦਾ ਜਿਹੜਾ ਉਹ ਸੋਚਦਾ ਹੋਣਾ ਵੀ ਸ਼ਾਇਦ ਵੋਟਾਂ ਮੁੱਕ ਗਈਆਂ ਪਰ ਪੰਜਾਬ ਦੇ ਵਿੱਚ ਬਹੁਤ ਸਾਰੇ ਘਰ ਨੇ ਜਿਨ੍ਹਾਂ ਘਰਾਂ ਦੇ ਵਿੱਚ ਬਹੁਤ ਸਾਰੀ ਇਸ ਵਕਤ ਜਿਹੜੀ ਉਹ ਚਹਿਲ ਪਹਿਲ ਹੋਣੀ ਆ ਕਿਉਂਕਿ ਕੁਝ ਕੁ ਲੋਕਾਂ ਨੇ ਜਿਹੜੇ ਆਪਣੇ ਕੱਲ੍ਹ ਦੇ ਬੰਦੇ ਫੱਟੜ ਕਰਕੇ ਹਸਪਤਾਲ ਪਾਏ ਨੇ ਉਹਨਾਂ ਦਾ ਪਤਾ ਲੈਣ ਜਾਣਾ ਇੱਧਰ ਉੱਧਰ ਫੋਨ ਵੀ ਖੜਕਾਏ ਹੋਣੇ ਵੀ ਹਾਂ ਪ੍ਰਾਹੁਣੇ ਨੇ ਕੱਲ੍ਹ ਵੋਟਾਂ ਪਵਾ ਲਈਆਂ ਅਤੇ ਹੁਣ ਉਹ ਫਲਾਨੇ ਹਸਪਤਾਲ 'ਚ ਪਤਾ ਲੈ ਜਿਓ ਜਿਹੜੇ ਹਸਪਤਾਲ ਨਹੀਂ ਹੈ ਤਾਂ ਉਹਨਾਂ ਦਾ ਫਿਰ ਘਰੋ ਘਰੀ ਪਤਾ ਲੈਣ ਜਾਣਾ ਪੈਣਾ ਫਿਰ ਸੁੱਖ ਨਾਲ ਜਿਹੜੀਆਂ ਗੱਡੀਆਂ ਕੱਲ੍ਹ ਭੰਨੀਆਂ ਜੀ ਉਹਨਾਂ ਦਾ ਵੀ ਵਰਕਸ਼ਾਪਾਂ ਤੋਂ ਇੱਧਰੋਂ ਉੱਧਰੋਂ ਪਤਾ ਸੁਰ ਕਰਾਉਣਾ ਵੀ ਹਾਂ ਵੀ ਹੁਣ ਇੱਥੇ ਲੱਗਣੇ ਕਿੰਨੇ ਕਾ ਮਤਲਬ ਵੋਟਾਂ ਕਿੰਨੇ ਕੁ ਦੀਆਂ ਸੀ ਅਤੇ ਹੁਣ ਖਰਚਾ ਕਿੰਨੇ ਕੁ ਦਾ ਉਸ ਤੋਂ ਬਾਅਦ ਜਿਹੜੇ ਸਿਰਸੁਰ ਪਾਟੇ ਨੇ ਇੱਧਰ ਉੱਧਰ ਹੀ ਪਰਚੇ ਹੋਏ ਨੇ ਫਿਰ ਥਾਣੇ ਵਾਲਿਆਂ ਵੀ ਸੱਦਿਆ ਹੋਣਾ ਵੀ ਇੰਨੇ ਕੁ ਵਜੇ ਸਾਹਿਬ ਨੇ ਬਹਿਣਾ ਅਤੇ ਤੁਸੀਂ ਆ ਕੇ ਦਰਸ਼ਨ ਦਿਓ ਇੱਧਰ ਉੱਧਰ ਬੰਦਿਆਂ ਨੂੰ ਇਕੱਠੇ ਕਰਕੇ ਸਵੇਰੇ ਸਵੇਰ ਪਰੌਂਠੇ ਪਰੂੰਠੇ ਖਾ ਕੇ ਅਤੇ ਫਿਰ ਆਪਾਂ ਉੱਥੇ ਵੀ ਪਹੁੰਚਣਾ ਕਿਉਂਕਿ ਸੁੱਖ ਨਾਲ ਸਿਆਸਤ ਹੈ ਵੋਟਾਂ ਪਈਆਂ ਨੇ ਇੰਨੀ ਕੁ ਗੱਲ ਮੈਂ ਇਸ ਕਰਕੇ ਦੱਸੀ ਤਾਂ ਜੋ ਆਪਾਂ ਇਹ ਨਾ ਹੋਵੇ ਕਿ ਭੁੱਲ ਜਾਈਏ ਕਿ ਵੋਟਾਂ ਤੋਂ ਬਾਅਦ ਸਾਰਾ ਕੁਝ ਸ਼ਾਂਤ ਨਹੀਂ ਹੋ ਗਿਆ ਬਹੁਤ ਸਾਰੇ ਘਰਾਂ 'ਚ ਇਹ ਸਾਰਾ ਕੁਝ ਚੱਲ ਰਿਹਾ ਅਗਲੀਆਂ ਗੱਲਾਂ ਬਾਤਾਂ ਅੱਜ ਆਪਾਂ ਕਾਫੀ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜਾ ਨਵਾਂ ਪੈਂਤੜਾ ਖੇਡਿਆ ਇੱਕ ਕੱਲ੍ਹ ਨੋਟਾਂ ਵਾਲਾ ਜਿਹੜਾ ਕਹਿ ਲਓ ਕਿ ਆਪਸ਼ਨ ਸੀਗੀ ਉਹਦੇ ਉੱਪਰ ਵੀ ਕੜਾ ਚਮੋਰਾਂ ਲੱਗੀਆਂ ਨੇ ਅਤੇ ਨਾਲ ਦੇ ਨਾਲ ਲੋਕਾਂ ਨੇ ਕੁਝ ਚੀਜ਼ਾਂ ਬੈਲਟ ਪੇਪਰ ਦੇ ਉੱਪਰ ਲਿਖੀਆਂ ਵੀ ਨੇ ਉਹ ਵੀ ਕੁਝ ਗੱਲਾਂ ਸਾਂਝੀਆਂ ਕਰਨ ਵਾਲੀਆਂ ਨੇ ਅਤੇ ਅੱਜ ਇੱਕ ਮੰਤਰੀ ਮੰਡਲ ਦੀ ਮੀਟਿੰਗ ਹੈ ਉਹਦੇ ਵਿੱਚ ਵੀ ਕੁਝ ਕੁ ਖਾਸ ਫੈਸਲੇ ਜਿਹੜੇ ਨੇ ਉਹ ਆਸ ਹੈ ਸਾਹਮਣੇ ਆਉਣ ਦੀ ਕਿ ਉਹਨਾਂ ਦੇ ਉੱਪਰ ਵੀ ਗੱਲਬਾਤ ਹੋ ਸਕਦੀ ਆ ਅਤੇ ਸਭ ਤੋਂ ਵੱਡੀ ਗੱਲ ਇਹ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਕੱਲ੍ਹ ਜਿਵੇਂ ਸੜਕਾਂ ਦੇ ਉੱਪਰ ਸੀ ਅਤੇ ਜਿਹੜੀਆਂ ਵੀਡੀਓਜ਼ ਵਾਇਰਲ ਹੋਈਆਂ ਅਤੇ ਉਸ ਤੋਂ ਬਾਅਦ ਇੱਕ ਪਰਚਾ ਉਹਨਾਂ 'ਤੇ ਵੀ ਹੋ ਗਿਆ ਉਹਦੀ ਵੀ ਗੱਲ ਕਰਾਂਗੇ ਸਾਰੀਆਂ ਗੱਲਾਂ ਲਈ ਮੇਰੇ ਨਾਲ ਨੇ ਪਰਮਵੀਰ ਪਾਠ ਜੀ ਬਾਠ ਸਾਹਿਬ ਬਹੁਤ ਬਹੁਤ ਸਵਾਗਤ ਜੀ ਸ਼ੁਕਰੀਆ ਜੀ ਮਿਹਰਬਾਨੀ ਅਤੇ ਸੁਣਾਓ ਤੁਹਾਡੇ ਤਾਂ ਨਹੀਂ ਕੋਈ ਪਤਾ ਪੁਤਾ ਲੈਣ ਜਾਣ ਦੀ ਲੋੜ ਨਹੀਂ ਮੇਰੇ ਝਰੀਟ ਵੀ ਕਿੱਡੀ ਕੁ ਲੱਗ ਜਾਂਦਾ ਨਹੀਂ ਇੱਧਰੋਂ ਉੱਧਰੋਂ ਫੋਨ ਆਇਆ ਹੋਵੇ ਕਿਤੇ ਵੀ ਆਪਣੇ ਉਹ ਫਲਾਨੇ ਕਿਆਂ ਦਾ ਪ੍ਰਾਹੁਣਾ ਨਹੀਂ ਸੀ ਉਹਨਾਂ ਨੇ ਫਿਰ ਕੱਲ੍ਹ ਵੋਟਾਂ ਪਾਈਆਂ ਅਤੇ ਪਤਾ ਲੈ ਆਈਏ ਨਹੀਂ ਸੰਧਾਵਾਲੀਆ ਸਾਹਿਬ ਮੈਨੂੰ ਨਾ ਬਾਕੀ ਤਾਂ ਕੋਈ ਫੋਨ ਨਹੀਂ ਆਇਆ ਪਰ ਮੈਨੂੰ ਕੱਲ੍ਹ ਇੱਕ ਗੱਲ ਦੀ ਜਿਹੜੀ ਉਹ ਖੁਸ਼ੀ ਬੜੀ ਹੋਈ ਜੀ ਕਿ ਮੈਨੂੰ ਹੁਣ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਬਿਹਾਰ ਨਹੀਂ ਘੁੰਮਿਆ ਹਾਂ ਇਹ ਗੱਲ ਹੈ ਮੈਂ ਗਿਆ ਤਾਂ ਹੈ ਨਹੀਂ ਪਰ ਕੱਲ੍ਹ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ 'ਚ ਬਿਹਾਰ ਹੀ ਬਣਿਆ ਸੀ ਯੂਪੀ ਬਿਹਾਰ ਪੂਰਾ ਨਜ਼ਰ ਆਇਆ ਜੀ ਅਸੀਂ ਹੁਣ ਕਹਿ ਨਹੀਂ ਸਕਦੇ ਕਿ ਭਾਈ ਸਾਡੇ 'ਚ ਤਾਂ ਉਹਨਾਂ 'ਚ ਫਰਕ ਹੈ ਬਸ ਇੰਨਾ ਕਾ ਵੀ ਸਾਡੇ ਝੋਨਾ ਲੱਗਦਾ ਅਤੇ ਉਹ ਲਾਉਣ ਆਉਂਦੇ ਆ ਹਾਂ ਇੰਨਾ ਹੀ ਫਰਕ ਹੈ ਹੋਰ ਕੋਈ ਫਰਕ ਨਹੀਂ ਰਹਿ ਗਿਆ ਕਦੇ ਹਿੰਦੀ ਫਿਲਮਾਂ ਹੁੰਦੀਆਂ ਸੀ ਉਹ ਵੇਖਣੀਆਂ ਹੈਰਾਨ ਹੋਈ ਜਾਣਾ ਕਿ ਭਾਈ ਇੱਦਾਂ ਵੀ ਹੋ ਸਕਦੀ ਭਾਰਤ ਦੇ ਕਿਸੇ ਸੂਬੇ 'ਚ ਅਤੇ ਹੁਣ ਸਾਡੇ ਵੱਲ ਵੇਖ ਕੇ ਪਤਾ ਨਹੀਂ ਕਿਹੜੇ ਕਿਹੜੇ ਹੋਰ ਹੈਰਾਨ ਹੁੰਦੇ ਹੋਣੇ ਆ ਉਹਨਾਂ ਨੂੰ ਵੀ ਚੇਤਾ ਰੱਖਣਾ ਚਾਹੀਦਾ ਕਿ ਜੇ ਸਾਡੇ ਪੰਜਾਬ 'ਚ ਇਹ ਬਿਮਾਰੀ ਆ ਸਕਦੀ ਹੈ ਤਾਂ ਕੋਈ ਨਾ ਕੋਈ ਨਦੀਨ ਨਾਸ਼ਕ ਤੁਸੀਂ ਪਹਿਲਾਂ ਹੀ ਪੈਦਾ ਕਰਕੇ ਰੱਖੋ ਜਿਹਦੇ ਨਾਲ ਕਿ ਇਹਨੂੰ ਖਤਮ ਕਰਨਾ ਅੱਛਾ ਬਾਠ ਸਾਹਿਬ ਕੱਲ੍ਹ ਕਿਤੇ ਸਿਆਣੇ ਹੱਥੀਂ ਕਿਸੇ ਨੂੰ ਪੁੱਛਣਾ ਤਾਂ ਸੀ ਚਲੋ ਹੁਣ ਤਾਂ ਖੈਰ ਨਹੀਂ ਪਰ ਜਿਹੜੇ ਹੁਣ ਨਾ ਹਫ਼ਤੇ ਕੁ ਤੱਕ ਮੇਰਾ ਮਨ ਬੜਾ ਜਿਹੜੇ ਵੀ ਬੰਦਿਆਂ ਨੇ ਇਲੈਕਸ਼ਨ ਲੜੀ ਹੈ ਨਾ ਵੀ ਮੈਂ ਜੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਨੀ ਆ ਇਹਨਾਂ ਬੰਦੇ ਨੂੰ ਵੈਸੇ ਕਿਤੇ ਮਤਲਬ ਛਾਵੇਂ ਬਿਠਾ ਕੇ ਬਕੈਣ ਦੀ ਨਾਲ ਠੰਡਾ ਪਾਣੀ ਦਾ ਗਲਾਸ ਪਿਆ ਕੇ ਫਿਰ ਪੁੱਛੇ ਵੀ ਇਹ ਜਿਹੜਾ ਪੰਗਾ ਤੁਸੀਂ ਲਿਆ ਜੇ ਬਣ ਜਾਂਦੇ ਜੋ ਵੀ ਤੁਸੀਂ ਬਣਨਾ ਸੀ ਕੀ ਮਿਲ ਜਾਣਾ ਸੀ ਤੁਹਾਨੂੰ ਲੱਗਦਾ ਵੀ ਅੱਧਿਆਂ ਕੋਲ ਜਵਾਬ ਹੋਣਾ ਸੀ ਕਿਸੇ ਕੋਲ ਵੀ ਨਹੀਂ ਹੋਣਾ ਸੀ ਮੈਂ ਇਸ ਗੱਲੋਂ ਸੰਧਾਵਾਲੀਆ ਸਾਹਿਬ ਹੈਰਾਨ ਹਾਂ ਸਾਰੇ ਪੰਜਾਬ 'ਚ 3300 ਦੇ ਕਰੀਬ ਸੀਟਾਂ ਸੀ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੋਵੇਂ ਲੜਾ ਲਈ ਹੈ ਇੱਕ ਵੀ ਸੀਟ ਦੇ ਉੱਤੇ ਇੱਕ ਵੀ ਉਮੀਦਵਾਰ ਨੇ ਇੱਕ ਵੀ ਪਾਰਟੀ ਨੇ ਇੱਕ ਵੀ ਕਿਸੇ ਦੇ ਸਪੋਰਟਰ ਨੇ ਸਪੀਕਰ ਨੇ ਇਹ ਗੱਲ ਆਖੀ ਨਹੀਂ ਕਿ ਭਾਈ ਅਸੀਂ ਪਿਛਲੀ ਕਾਰਗੁਜ਼ਾਰੀ ਦੇ ਆਧਾਰ ਦੇ ਉੱਤੇ ਚੋਣ ਲੜ ਰਹੇ ਹਾਂ ਮੈਂ ਪਿਛਲੇ ਵਾਰੀ ਬਲਾਕ ਸੰਮਤੀ ਦਾ ਮੈਂਬਰ ਸੀ ਤਾਂ ਮੈਂ ਆਹ ਕੀਤਾ ਬਿਲਕੁਲ ਕਿਉਂਕਿ ਕਰਨ ਨੂੰ ਕੁਛ ਹੈ ਹੀ ਨਹੀਂ ਦੂਸਰੀ ਗੱਲ ਹੁਣ ਇੱਕ ਵੀ ਪਾਰਟੀ ਨੇ ਇੱਕ ਵੀ ਉਮੀਦਵਾਰ ਨੇ ਸਾਰੇ ਪ੍ਰਚਾਰ ਦੇ ਵਿੱਚ ਜਿਹੜੀ ਸਭ ਤੋਂ ਨਾ ਪੱਕੀ ਗੱਲ ਸੀ ਜਿਹਨੇ ਆਉਣ ਵਾਲੇ ਸਮੇਂ 'ਚ ਸਾਨੂੰ ਹੈਰਾਨ ਵੀ ਕਰਨਾ ਅਤੇ ਨਿਰਾਸ਼ ਵੀ ਮੰਗਿਆ ਹੀ ਨਹੀਂ ਕਿ ਪੰਚਾਇਤੀ ਰਾਜ ਵਾਲੇ ਅਧਿਕਾਰ ਦਾ ਦੇ ਦਿਓ ਕਿ ਜਿਹੜੇ ਕੰਮ ਦੇ ਲਈ ਬਲਾਕ ਸੰਮਤੀਆਂ ਬਣਾਈਆਂ ਸੀ ਜ਼ਿਲ੍ਹਾ ਪ੍ਰੀਸ਼ਦ ਦਾ ਗਠਨ ਕੀਤਾ ਸੀ ਕਿ ਲੋਕਾਂ ਨੂੰ ਉੱਪਰਲੇ ਪਾਸੇ ਅਧਿਕਾਰ ਦੇਣੇ ਹੇਠਲੇ ਪੱਧਰ ਤੱਕ ਵੰਡਣੇ ਆ ਉਹਦਾ ਕਿਸੇ ਨੂੰ ਪਤਾ ਹੀ ਨਹੀਂ ਬਿਲਕੁਲ ਸਹੀ ਉਹ ਤਾਂ ਇਹੀ ਆ ਵੀ ਭਾਈ ਵੋਟਾਂ ਆ ਗਈਆਂ ਫੀਤੀ ਲੱਗ ਜਾਣੀ ਹੈ ਜਦੋਂ ਕਦੇ 15 ਅਗਸਤ ਮਨਾਉਣਾ 26 ਜਨਵਰੀ ਮਨਾਉਣੀ ਹੈ ਹੋ ਸਕਦਾ MLA ਸਾਹਿਬ ਤੋਂ 4 ਕੁਰਸੀਆਂ ਛੱਡ ਕੇ ਸਾਨੂੰ ਕੁਰਸੀ ਮਿਲ ਜਾਏ ਹੋ ਸਕਦਾ ਥਾਣੇ ਦੇ ਵਿੱਚ ਜਾਵੇਂ ਤਾਂ ਆਪਣਾ ਨਾਂ ਦੱਸਣ ਦੇ ਨਾਲ ਵੀ ਕਹਿੰਦਾ ਮੈਂ ਸੰਮਤੀ ਮੈਂਬਰ ਜੀ ਮੈਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਈਆਂ ਨੂੰ ਤਾਂ ਸੰਮਤੀ ਦੇ ਮੂਹਰੇ ਪੰਚਾਇਤ ਜਾਂ ਬਲਾਕ ਸੰਮਤੀ ਹੈ ਕਿਹੜੀ ਉਹਦਾ ਵੀ ਨਹੀਂ ਪਤਾ ਹੁੰਦਾ ਅਤੇ ਪਿਛਲੀ ਵਾਰ ਦੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਇੱਕ ਬਲਾਕ ਸੰਮਤੀ ਮੈਂਬਰ ਮੈਨੂੰ ਬਲਾਕ ਵਿਕਾਸ ਅਧਿਕਾਰੀ ਦੇ ਦਫ਼ਤਰ ਦੇ ਮੂਹਰੇ ਟੱਕਰ ਪਏ ਮੈਂ ਉਹਨਾਂ ਨੂੰ ਪੁੱਛਿਆ ਕਿ ਕਿਵੇਂ ਅੱਜ ਸੰਗਤਾਂ ਇੱਥੇ ਖੜੀਆਂ ਤੁਹਾਨੂੰ ਤਾਂ ਕੰਮਕਾਰ ਆਪਣੇ ਹੀ ਬਹੁਤ ਹੋਣੇ ਆ ਉਹ ਕਹਿੰਦੇ ਜੀ ਮੈਂ 1.5-2 ਸਾਲ ਹੋ ਗਿਆ ਮੇਰਾ ਨਾ ਕਾਰਡ ਨਹੀਂ ਬਣਿਆ ਬਲਾਕ ਸੰਮਤੀ ਮੈਂਬਰ ਦਾ ਮੈਂ ਕਾਰਡ ਬਣਾਉਣਾ ਮੈਂ ਕਿਹਾ ਤੁਸੀਂ ਅੰਦਰ ਜਾਓ ਨਹੀਂ ਮੈਂ ਕੋਈ ਨਾਲ ਜਥੇਦਾਰ ਸਾਹਿਬ ਜਿਹੜੇ ਉਹਨਾਂ ਨੂੰ ਉਡੀਕਦਾ ਵੀ ਉਹ ਆ ਜਾਣ ਤਾਂ ਆਪਾਂ ਫਿਰ
ਸਾਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਬਲਾਕ ਸੰਮਤੀ ਮੈਂਬਰ ਦੇ ਅਧਿਕਾਰ ਕੀ ਨੇ, ਜ਼ਿੰਮੇਵਾਰੀਆਂ ਕੀ ਆ, ਮੀਟਿੰਗ ਕਦੋਂ ਹੁੰਦੀ ਹੈ, ਅਸੀਂ ਕਿੱਧਰਲੇ ਪਾਸੇ ਜਾ ਕੇ ਕੀ ਕਰ ਸਕਦੇ ਹਾਂ। ਇਹ ਸਾਡੇ ਪੰਜਾਬ ਦੇ ਹਾਲਾਤ ਨੇ। ਸੰਧਾ ਵਾਲੀਆ ਸਾਹਿਬ, ਕੱਲ੍ਹ ਮੈਨੂੰ ਇੱਕ ਗੱਲ ਦਾ ਚੰਗੇ ਤਰੀਕੇ ਅਹਿਸਾਸ ਹੋ ਗਿਆ ਕਿ ਪੰਜਾਬ ਦੇ ਵਿੱਚੋਂ ਅਜੇ ਸਾਡੇ ਗੱਭਰੂਆਂ ਨੇ ਅਤੇ ਸਾਡੀਆਂ ਮੁਟਿਆਰਾਂ ਨੇ ਵਿਦੇਸ਼ ਜਾਣਾ, ਅਜੇ ਇੱਥੋਂ ਪ੍ਰਵਾਸ ਹੋਣਾ, ਅਜੇ ਅਸੀਂ ਥਾਣਿਆਂ ਕਚਹਿਰੀਆਂ 'ਚ ਮੇਲੇ ਲਾਉਣੇ ਆ, ਅਸੀਂ ਅਜੇ ਇੱਕ ਦੂਜੇ ਦੇ ਸਿਰ ਫਾੜਨੇ ਆ ਅਤੇ ਹਲਦੀ ਸਾਡੇ ਮੱਥਿਆਂ ਦੇ ਉੱਤੇ ਚੋ ਚੋ ਕੇ ਥੱਲੇ ਨੂੰ ਜਾਣੀ ਆ, ਜਿਹੜਾ ਬੀਬੀਆਂ ਨੇ ਉਸ ਵੇਲੇ ਫਸਟ ਏਡ ਵਾਂਗੂ ਓੜ ਪੋੜ ਕਰਨਾ। ਬਿਲਕੁਲ ਸਹੀ, ਅਸੀਂ ਅਜੇ ਸੱਜੇ ਖੱਬੇ ਨਹੀਂ ਹੋਏ। ਅਜੇ ਤਾਂ ਤੁਸੀਂ ਇੱਕ ਚੀਜ਼ ਭੁੱਲ ਗਏ ਜੀ, ਵੀ ਬਾਅਦ ਵਿੱਚ ਪਾਟੇ ਕੁੜਤੇ ਪਜਾਮੇ ਜਿਹੜੇ ਉਹ ਵੀ ਦੇਖਣਾ, ਵੇਖੋ ਜੇ ਤਾਂ ਸਿੱਪਦਾ ਠੀਕ ਨਹੀਂ ਫਿਰ ਨਵਾਂ ਸਵਾ ਲਈਏ। ਨਹੀਂ, ਬਿਲਕੁਲ ਠੀਕ ਹੈ, ਕਿਉਂਕਿ ਬੀਬੀਆਂ ਨੇ ਬਥੇਰੇ ਉੱਥੇ ਲਾ ਕੇ ਕੋਸ਼ਿਸ਼ ਕਰਨੀ ਆ ਕਿ ਭਾਈ ਆਪਾਂ ਮਾੜਾ ਮੋਟਾ ਟਾਂਕਾ ਤੋਪਾ ਕਰ ਦਈਏ, ਜਿੱਦਾਂ ਪਲਸਤਰ ਜੋ ਕੇ ਪੈਸੇ ਨਾ ਹੁਣ ਤਾਂ ਟੀਪ ਟੂਪ ਕਰ ਦਈਏ, ਪਰ ਗੱਲ ਨਹੀਂ ਨਾ ਬਣਦੀ। ਹੁਣ ਮੈਨੂੰ ਇੱਕ ਚੇਤੇ ਆ ਰਹੀ ਗੱਲ, ਕੱਲ੍ਹ ਲੋਕਤੰਤਰ ਹਾਰ ਗਿਆ। ਬਿਲਕੁਲ ਸਹੀ, ਸਾਰੀਆਂ ਸਿਆਸੀ ਪਾਰਟੀਆਂ ਜਿੱਤ ਗਈਆਂ, ਜਿਹਦਾ ਬੰਦਾ ਨਹੀਂ ਵੀ ਖੜਾ ਸੀ ਉਹ ਵੀ ਜਿੱਤ ਗਈ, ਇੱਥੇ ਲੋਕ ਹਾਰ ਗਏ। ਬਿਲਕੁਲ ਸਹੀ, ਲੋਕਾਂ ਨੂੰ ਇਸ ਗੱਲ ਦਾ ਸੰਧਾ ਵਾਲੀਆ ਸਭ ਚੇਤਾ ਹੀ ਭੁੱਲ ਗਿਆ ਕਿ ਅਸੀਂ ਸਧਾਰਨ ਬੰਦੇ ਹਾਂ ਜਿਨ੍ਹਾਂ ਨੇ ਸਰਕਾਰੀ ਟੂਟੀ ਦਾ ਪਾਣੀ ਪੀਣਾ, ਅਸੀਂ ਸਧਾਰਨ ਬੰਦੇ ਹਾਂ ਜਿਨ੍ਹਾਂ ਨੂੰ ਗੁੱਲੀ ਡੰਡੇ ਦੀ ਬਿਮਾਰੀ ਦਾ ਖੇਤਾਂ 'ਚ ਸਾਹਮਣਾ ਕਰਨਾ ਪੈਣਾ, ਅਸੀਂ ਸਧਾਰਨ ਲੋਕ ਹਾਂ ਜਿਨ੍ਹਾਂ ਨੂੰ ਸੁਸਰੀ ਲੱਗੀ ਆਟਾ ਦਾਲ ਸਕੀਮ ਵਾਲੀ ਕਣਕ ਖਾਣੀ ਪੈਣੀ ਆ। ਬਿਲਕੁਲ ਸਹੀ, ਅਸੀਂ ਸੱਚੇ ਮੁੱਚੀ ਸਧਾਰਨ ਬੰਦੇ ਹਾਂ ਜਿਨ੍ਹਾਂ ਨੂੰ ਜਦੋਂ ਕਿਸੇ ਪ੍ਰਚਾਰਕ ਨੇ, ਜਦੋਂ ਕਿਸੇ ਸਮਾਜਿਕ ਆਗੂ ਜਾਂ ਪੋਲੀਟੀਕਲ ਲੀਡਰ ਨੇ ਆਣ ਕੇ ਕਹਿਤਾ, ਅਸੀਂ ਪਿੱਛੇ ਤੁਰ ਪੈਣਾ। ਬਿਲਕੁਲ, ਸਾਡੀਆਂ ਲੜਾਈਆਂ ਸੰਧਾ ਵਾਲੀਆ ਸਭ ਕੁਝ ਹੋਰ ਸੀ, ਅਸੀਂ ਨਸ਼ਿਆਂ ਦੇ ਖਿਲਾਫ਼ ਨਹੀਂ ਲੜਨਾ, ਅਸੀਂ ਬੇਰੁਜ਼ਗਾਰੀ ਦੇ ਖਿਲਾਫ਼ ਨਹੀਂ ਲੜਨਾ, ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ਼ ਵੀ ਲੜਨਾ, ਅਸੀਂ ਆਪਣੇ ਸਾਰੇ ਹਥਿਆਰ ਸਾਰੇ ਸਾਧਨ ਉੱਧਰਲੇ ਪਾਸਿਓਂ ਸਮੇਟ ਕੇ ਆਪਸ ਦੇ ਵਿੱਚ ਲੜਨ ਦੇ ਉੱਤੇ ਲਾਤੇ। ਲੀਡਰਾਂ ਦਾ ਕੀ ਕਸੂਰ ਹੈ ਜਦੋਂ ਤੱਕ ਅਸੀਂ ਆਪਣੀ ਪੀੜ੍ਹੀ ਦੇ ਸੋਟਾ ਅਜੇ ਫਿਰਨਾ ਸਿੱਖਿਆ ਹੀ ਨਹੀਂ। ਨਾਲੇ ਇੱਕ ਗੱਲ ਹੈ ਨਾ ਵਾਟਸਅਪ, ਮੈਨੂੰ ਲੱਗਦਾ ਵੀ ਹੁਣ ਚਲੋ ਇਹ ਰਾਮ ਰੌਲਾ ਜਿਹਾ ਹਟ ਗਿਆ ਅਤੇ ਹੁਣ ਚਾਰ ਕੁ ਦਿਨ ਜਿਹੜੇ ਕਹਿ ਲਓ ਕਿ ਵੀ ਖੇਤੀਬਾੜੀ ਨਾਲ ਸੰਬੰਧਿਤ ਨੇ ਉਹ ਵੀ ਜਾ ਕੇ ਪਤਾ ਕਰਨਗੇ ਵੀ ਝੋਨੇ ਨੂੰ ਅਤੇ ਬਾਸਮਤੀ ਨੂੰ ਪੱਤਾ ਲਪੇਟ ਪਈ ਕਿ ਨਹੀਂ ਪਈ, ਪਾਣੀ ਕਿਸੇ ਨੂੰ ਦਿੱਤਾ ਕਿ ਨਹੀਂ ਦਿੱਤਾ, ਕੋਈ ਕਿਤੇ ਇਹ ਨਾ ਹੋਵੇ ਤਰੇੜਾਂ ਹੀ ਪਾੜ ਗਈਆਂ ਹੋਣ, ਅਤੇ ਜਿਹੜਾ ਵਿਚਾਰਾ ਕੋਈ ਹੋਰ ਕੰਮਾਂ ਧੰਦਿਆਂ ਵਾਲਾ ਉਹਨੇ ਵੀ ਦੇਖਿਆ ਹੋਣਾ ਵੀ ਯਾਰ ਹੁਣ ਇੱਧਰਲਾ ਕੰਮ ਤਾਂ ਨਿਬੜ ਗਿਆ ਅਤੇ ਹੁਣ ਥੋੜ੍ਹਾ ਬਹੁਤ ਇਹ ਵੀ ਓੜ ਪੋੜ ਕਰੀਏ, ਕਿਉਂਕਿ ਗਾਹ ਦੋਵਾਂ ਚੌਂ ਮਹੀਨਿਆਂ ਨੂੰ ਜਿਹੜਾ ਕੋਈ ਸਾਰਥ ਰੱਖਿਆ ਕਰੇ ਉਹ ਵੀ ਸਿਰ 'ਤੇ ਆਉਣ ਪੈਣਾ ਅਤੇ ਜੇਬ 'ਚ ਪੈਸਾ ਕੋਈ ਨਹੀਂ। ਸੋ ਇਹ ਫਿਕਰ ਹੁਣ ਹੌਲੀ ਹੌਲੀ ਜਾਗਣਗੇ, ਪਰ ਇਹ ਫਿਕਰ ਉਦੋਂ ਕਿਉਂ ਨਹੀਂ ਜਾਗਦੇ ਜਦੋਂ ਆਪਾਂ ਉਹ ਠੱਪਾ ਲਾਉਣਾ ਹੁੰਦਾ ਅਤੇ ਉਹ ਜਿਹੜੀ ਪਰਚੀ ਹੈ ਉਹ ਗੋਲ ਕਰਕੇ ਅਤੇ ਉਹਦੇ ਵਿੱਚ ਬਕਸੇ 'ਚ ਪਾਉਣੀ ਹੁੰਦੀ ਹੈ। ਉਦੋਂ ਕਈ ਵਾਰ ਇੱਕ ਮੈਂ ਜ਼ਿਕਰ ਅੱਗੇ ਵੀ ਕਰਦਾ ਹੁੰਦਾ, ਮੈਂ ਤੁਹਾਡੇ ਨਾਲ ਵੀ ਸਾਂਝਾ ਕਰਦਾ, ਲੰਡਨ ਤੋਂ ਆਪਣੇ ਵਰਿੰਦਰ ਸ਼ਰਮਾ ਜੀ ਐਮ ਪੀ ਸੀਗੇ, ਉਹ ਇੱਥੇ ਆਏ, ਉਹਨਾਂ ਨੂੰ ਮੈਂ ਇਹੀ ਗੱਲਾਂ ਕਰ ਰਿਹਾ, ਮੈਂ ਕਿਹਾ ਵੀ ਤੁਸੀਂ ਇਹ ਦੱਸੋ ਵੀ ਉੱਧਰ ਜਾ ਕੇ ਤੁਸੀਂ ਇੰਨੀਆਂ ਮੱਲਾਂ ਮਾਰ ਲਈਆਂ ਭਾਰਤ ਤੋਂ ਤੁਸੀਂ ਉੱਠ ਕੇ ਗਏ ਅਤੇ ਉੱਧਰ ਵਾਲੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ, ਉੱਧਰ ਕਿਵੇਂ ਹੁੰਦਾ ਸਾਰਾ ਕੁਛ? ਕਹਿੰਦੇ ਉੱਧਰ ਸਾਰਾ ਕੁਛ ਇਹ ਹੁੰਦਾ ਕਿ ਜਿਹੜੇ ਬੰਦੇ ਨੇ ਬੈਲਟ ਪੇਪਰ ਮਰੋੜ ਕੇ ਅਤੇ ਉਹ ਬਾਕਸ ਦੇ ਵਿੱਚ ਪਾਉਣਾ, ਉਹਦੇ ਦਿਮਾਗ ਦੇ ਵਿੱਚ ਇਹ ਚੱਲ ਰਿਹਾ ਹੁੰਦਾ ਕਿ ਜਦੋਂ ਮੈਂ ਇਹ ਪਾ ਰਿਹਾ ਅਤੇ ਮੇਰੇ ਅੱਜ ਇਸ ਵੋਟ ਪਾਉਣ ਨਾਲ 100 ਸਾਲ ਬਾਅਦ ਮੇਰਾ ਪੋਤਾ ਪੜਪੋਤਾ ਜਦੋਂ ਇੱਥੇ ਹੋਊਗਾ ਅਤੇ ਉਹ ਇਹ ਯਾਦ ਕਰੂਗਾ ਕਿ ਅੱਛਾ ਉਸ ਵੇਲੇ ਮੇਰੇ ਦਾਦੇ ਪੜਦਾਦੇ ਨੇ ਇੱਕ ਆਹ ਡਿਸੀਜ਼ਨ ਲਿਆ ਸੀ ਜਿਹਦਾ ਕਰਕੇ ਅੱਜ ਮੈਂ ਸੌਖਾ, ਅਤੇ ਆਪਣੇ ਵਾਲਿਆਂ ਨੂੰ ਕਿਉਂ ਨਹੀਂ ਚੇਤਾ ਹੁੰਦਾ? ਇੱਥੇ ਚੇਤਾ ਕੀ ਹੋਣਾ ਸੰਧਾ ਵਾਲੀਆ ਸਾਹਿਬ, ਸਾਡੀਆਂ ਨਾ ਲੋੜਾਂ ਵੱਡੀਆਂ ਹੋ ਗਈਆਂ, ਸਾਡੀਆਂ ਸੋਚਾਂ ਛੋਟੀਆਂ ਹੋ ਗਈਆਂ, ਅਸੀਂ ਹੁਣ ਕਿੱਥੇ ਕੁ ਤੱਕ ਸੀਮਤ ਹੋ ਕੇ ਰਹਿ ਗਏ? ਅਸੀਂ ਵੋਟ ਪਾਉਣ ਜਾਂਦੇ ਹਾਂ ਅਤੇ ਅਸੀਂ ਸੋਚਦੇ ਹਾਂ ਕਿ ਭਾਈ ਕੱਲ੍ਹ ਸ਼ਾਮੀ ਕਿਹਦੇ ਕੋਲ ਬੈਠੇ ਸੀ, ਪਰਸੋਂ ਸ਼ਾਮੀ ਕਿਹਦੇ ਕੋਲ ਬੈਠੇ ਸੀ, ਜਦੋਂ ਮੁੰਡੇ ਦਾ ਵਿਆਹ ਕਰਨਾ ਸੀ ਤਾਂ ਉਦੋਂ ਫਿਰ ਮੈਂ ਸੋਚਿਆ ਸੀ ਕਿ ਸ਼ਰਾਬ ਦਾ ਲਾਇਸੈਂਸ ਨਹੀਂ ਲੈਣਾ, 4000 ਰੁਪਇਆ ਲੱਗਦਾ ਸੀ, ਬਚਾਇਆ ਕਿਹਨੇ ਸੀ? ਫਿਰ ਆਪਾਂ ਇਹ ਵੀ ਸੋਚਣਾ, ਅੱਛਾ ਜਦੋਂ ਆੜਤੀ ਆ ਮੇਰੀ ਕਣਕ ਨਹੀਂ ਸੀ ਚੱਕਦਾ, ਮੇਰਾ ਝੋਨਾ ਨਹੀਂ ਸੀ ਚੱਕਦਾ, ਤਾਂ ਕਿਹੜੇ ਲੀਡਰ ਨੇ ਆ ਕੇ ਨਵੀਂ ਵੱਧ ਹੋਣ ਦੇ ਬਾਵਜੂਦ ਝੋਨਾ ਵਿਕਵਾ ਦਿੱਤਾ? ਜਦੋਂ ਆਟਾ ਦਾਲ ਸਕੀਮ ਦਾ ਕਾਰਡ ਨਹੀਂ ਸੀ ਬਣਦਾ ਤਾਂ ਉਦੋਂ ਕਿਹੜੇ ਲੀਡਰ ਨੇ ਆ ਕੇ ਮੇਰਾ ਕਾਰਡ ਬਣਾਇਆ? ਜਦੋਂ ਬੇਬੇ ਦੀ ਉਮਰ ਅਜੇ 2 ਸਾਲ ਘੱਟ ਸੀ ਪਰ ਉਹਨੂੰ ਬੁਢਾਪਾ ਪੈਨਸ਼ਨ ਲਵਾ ਕੇ ਨੇ ਦਿੱਤੀ? ਅਸੀਂ ਤਾਂ ਇੱਥੇ ਕੁ ਤੱਕ ਸੀਮਤ ਹੋ ਕੇ ਰਹਿ ਗਏ। ਹੁਣ ਅਗਲੀ ਗੱਲ ਜਿਹੜੀ ਸੰਧਾ ਵਾਲੀਆ ਸਾਹਿਬ, ਬੜੀ ਮਹੱਤਵਪੂਰਨ ਹੈ ਜੀ। ਕੱਲ੍ਹ ਇੱਕ ਘਟਨਾਕ੍ਰਮ ਇੱਥੇ ਹੋਰ ਵੇਖਣ ਨੂੰ ਮਿਲਿਆ। ਕੋਈ MLA ਨਹੀਂ ਲੜਿਆ ਇੱਕ ਦੂਜੇ ਨਾਲ, ਕੋਈ ਕਿਸੇ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਨਹੀਂ ਲੜਿਆ, ਕਿਸੇ ਚਿੱਟੇ ਕੁੜਤੇ ਪਜਾਮੇ ਵਾਲੇ ਦੇ ਦਾਗ ਨਹੀਂ ਲੱਗਾ। ਲੜੇ ਕੌਣ ਅਸੀਂ? ਜੂੰਡੋ ਜੂੰਡੀ ਕੌਣ ਹੋਏ ਅਸੀਂ? ਇਹ ਪਹਿਲੀ ਵਾਰ ਹੈ ਕਿ ਹੁਣ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, CCTV ਕੈਮਰੇ ਬਾਈ ਚਾਂਸ ਲੋਕਾਂ ਨੇ ਘਰਾਂ ਦੇ ਮੂਹਰੇ ਲਵਾਏ ਆ, ਅਤੇ ਕੱਲ੍ਹ ਲੋਕਾਂ ਨੇ ਫਿਰ ਪੱਤਰਕਾਰਾਂ ਨੂੰ ਝੱਟ ਹੀ CCTV ਕੈਮਰੇ 'ਚੋਂ ਫੁਟੇਜ ਕੱਢ ਕੱਢ ਕੇ ਦੇਤੀਆਂ ਕਿ ਆਹ ਵੇਖੋ ਲਾਟੀ ਫਿਰਦੀ, ਆਹ ਵੇਖੋ ਅੰਦਰੋਂ ਬਕਸਾ ਹੀ ਚੱਕ ਕੇ ਲਿਆ ਆ, ਆਹ ਵੇਖੋ ਅੰਦਰੋਂ ਬਕਸਾ ਚੱਕ ਕੇ ਲਿਆ ਕੇ ਅੱਗ ਹੀ ਲਾਤੀ। ਇੱਦਾਂ ਦੀਆਂ ਗੱਲਾਂ ਹੋਈਆਂ 2-3 ਜਗ੍ਹਾ ਦੇ ਉੱਤੇ। ਮੈਂ ਜਿਹੜੀ ਗੱਲ ਤੋਂ ਹੈਰਾਨ ਹਾਂ, ਪੋਲਿੰਗ ਪਾਰਟੀ ਕੁੱਟ ਦਿੱਤੀ ਜੀ। ਹੁਣ ਪੋਲਿੰਗ ਪਾਰਟੀ ਨੂੰ ਕੁੱਟਣ ਦਾ ਮਤਲਬ ਕਿ ਭੜਕ ਨੂੰ ਕੋਈ ਸਰਕਾਰੀ ਕਰਮਚਾਰੀ ਹਾਥੀ ਜੋੜੇ ਕਿ ਭਾਈ ਮੇਰੀ ਵੋਟਾਂ 'ਚ ਡਿਊਟੀ ਨਾ ਲਾ ਦਿਓ, ਊਂ ਭਾਵੇਂ ਕਾਲੇ ਪਾਣੀ ਭੇਜ ਦਿਓ। ਬਿਲਕੁਲ ਸਹੀ, ਅਸੀਂ ਇਹਦਾ ਮਤਲਬ ਡਰਾਉਣਾ ਸ਼ੁਰੂ ਕਰ ਦਿੱਤਾ। ਪੋਲਿੰਗ ਪਾਰਟੀ ਵੀ ਡਰ ਗਈ ਜੇ ਇਸ ਢੰਗ ਦੇ ਨਾਲ, ਕਿਉਂਕਿ ਮੈਂ ਆਪਣੀ ਸੁਰਤ ਦੇ ਵਿੱਚ ਜਿੰਨਾ ਕੁ ਵੇਖਿਆ ਜਾਂ ਜਿੰਨਾ ਕੁ ਪੰਜਾਬ ਦੇ ਸਿਆਸੀ ਇਤਿਹਾਸ ਨੂੰ ਪੜ੍ਹਨ ਦਾ ਯਤਨ ਕੀਤਾ, ਅੱਜ
जिनी हुण होई। मैं दस दें जी अपने दर्शकों नूं कि इस वक्त तुसी देख रहे हो जी प्राइम फोकस प्राइम एशिया टीवी ते साढ़े जिहड़े प्रोग्राम ने हुण तुसी ब्रिटिशिया टीवी दे जरिए पूरे यूरोप दे विच देख सकते हो यूके समेत। पर साहब हुण आपां थोड़ा जिहा इस पासे आईए, इहदे थंबनेल वी इही है कि वी बापू सुरगां च है ते वो डब्बे च है। हुण इह कई थावां ते होया होणा, इह तां चलो अखबारां थोड़े दिन तक दसणगियां, जदों गिणती वाली गलबात सामने आउणी ते फिर पता लगणा वी यार इस बूथ दे उप्पर तां जिहड़ियां कह लो कि इस वार्ड दे विच वोटां ही इन्नियां सीगियां ते उदों बाद निकलियां डब्बे चों इन्नियां। ते कई बंदे इहो जिहे वी हैगे सी, जदों तुसीं अपने सरपंच साहब दी गल दसण डिया वी उह बेचारा सड़क ते बैठा सी वी उहदी वोट कोई पा गया। इह जिहड़ा कम्म है इहदे नाल किहो जिहे लोकतंत्र दी आस उम्मीद आपां करीए? बड़े वधिया लोकतंत्र दी आस उम्मीद है। सियासतदान सानूं पढ़न नहीं दिंदे, असीं पढ़ना नहीं चाहुंदे। ते जिहड़े सियासतदान ने उह जिद्दां दा लोकतंत्र चाहुंदे आ, असीं बड़ा मजबूत बल्लियां गड गड के बजरी रेता सीमेंट पा पा के ठीक मिकदार दे विच उदां दा लोकतंत्र बनाई जांदे आ। बिल्कुल सही। हुण संधावालिया साहब इत्थे देखो, सरकारी तंत्र दे मुताबिक चोण कमिशन दे मुताबिक 58% वोटां पईआं, 58% वोटां पईआं नहीं 42% नहीं पईआं। बिल्कुल सही। आपां मन के चलदे आ कि 12% लोक जां विदेश गए हो जां उह इलैक्शन ड्यूटी ते आ, 30% वोटां थोड़ियां नहीं होंदियां। 30% वोटां नाल पंजाब च सरकारां बणदियां रहियां। नाले वड्डी गल इह कि 58% दे विच वी आपां नूं सी सी टीवी कैमरे वाले आपां ला लईए ते 7-8% तां उहने जिहड़ियां पवा दित्तियां गईआं, मतलब बेबे घरे होणी आ पर उहनूं पता वी उहदी वोट डब्बे च पै गई है। ते बहुते जिहड़े साडे प्रवासी ने ਉਹਨਾਂ ਦੀਆਂ ਵੀ ਹਾਜ਼ਰੀਆਂ ਸੀ ਇੱਥੇ ਲਾਤੀਆਂ ਹੋਣੀਆਂ, ਕਿਉਂਕਿ ਅਗਲਿਆਂ ਨੇ ਫਿਰ ਵੇਖਿਆ ਥੋੜ੍ਹਾ ਫਿਰ ਠਾਹ ਠਾਹ ਠਾਹੀ ਹੋਈ ਹੈ ਬਾਈ ਜਿੱਥੇ ਮੋਹਰ ਲਾਉਣੀ ਹੈ। ਅਤੇ ਪ੍ਰਵਾਸੀ ਇਹ ਨਾ ਸਮਝਣ ਕਿ ਭਾਈ ਭੂਹੇਰਵਾ ਨਾ ਕਰਨ ਕਿ ਭਾਈ ਅਸੀਂ ਪੰਜਾਬ 'ਚ ਹੈ ਨਹੀਂ ਸੀ, ਤੁਹਾਡੇ ਵਿੱਚੋਂ ਬਹੁਤਿਆਂ ਦੀਆਂ ਵੋਟਾਂ ਜਿਨ੍ਹਾਂ ਦੀਆਂ ਬਣੀਆਂ ਅਸੀਂ ਪਵਾ ਪੂ ਦਿੱਤੀਆਂ ਇੱਥੇ। ਬਿਲਕੁਲ ਸਹੀ ਹੈ। ਅਤੇ ਹੁਣ ਸੰਧਾਵਾਲੀਆ ਸਾਹਿਬ ਇੱਥੇ ਇੱਕ ਗੱਲ ਆਪਾਂ ਵੇਖੀਏ, ਕੱਲ੍ਹ ਵੋਟਾਂ ਕਿਹਨਾਂ ਦੀਆਂ ਸੀ? ਕੁਝ ਤਾਂ ਉਮੀਦਵਾਰਾਂ ਦੇ ਨੇੜਲੇ ਬੰਦਿਆਂ ਨੇ ਪਾਈਆਂ, ਕੁਝ ਸਿਆਸੀ ਪਾਰਟੀਆਂ ਦੇ ਪੱਕੇ ਬੰਦਿਆਂ ਨੇ ਪਾਈਆਂ। ਜਿਹੜਾ 30% ਵੋਟਰ ਹੈ ਨਾ, ਉਹ ਅਸਲ ਲੋਕਤੰਤਰ ਦਾ ਥੰਮ ਸੀ। ਬਿਲਕੁਲ ਸਹੀ। ਜਿਹੜਾ ਕਿਸੇ ਪਾਸੇ ਝੁਕਿਆ ਨਹੀਂ ਹੋਇਆ, ਜਿਹੜਾ ਭਾਰਤ ਦਾ ਪੰਜਾਬ ਦਾ ਭਲਾ ਲੋਚਦਾ, ਹੁਣ ਉਹ 30% ਵੋਟਰ ਘਰੋਂ ਨਿਕਲਿਆ ਕਿਉਂ ਨਹੀਂ? ਸਾਡੇ ਅੱਧੇ ਅੱਧਾ ਕਿਲੋਮੀਟਰ 'ਤੇ ਪੋਲਿੰਗ ਬੂਥ ਨੇ, ਦੂਰ ਤਾਂ ਹੈ ਨਹੀਂ। ਜੇ ਅਸੀਂ ਬਹੁਤ ਕੁਰਬਾਨੀਆਂ ਦੇ ਕੇ ਬੜੇ ਤਸ਼ੱਦਦ ਸਹਿ ਕੇ ਜਿਹੜਾ ਵੋਟ ਦਾ ਅਧਿਕਾਰ ਲਿਆ, ਜੇ ਸਾਡੇ ਪੰਜਾਬ ਵਰਗੇ ਸੂਬੇ ਦੇ 30% ਲੋਕ ਉਸ ਵੋਟ ਦੇ ਅਧਿਕਾਰ ਦਾ ਪ੍ਰਯੋਗ ਨਹੀਂ ਕਰਦੇ, ਤਾਂ ਮਤਲਬ ਸਾਰੀਆਂ ਪਾਰਟੀਆਂ ਤੋਂ ਨਿਰਾਸ਼ ਨੇ। ਸੱਤਾਧਾਰੀ ਧਿਰ ਨੇ ਵਾਅਦੇ ਬਹੁਤ ਕੀਤੇ ਸੀ, ਪੂਰੇ ਨਹੀਂ ਹੋ ਰਹੇ। ਸਾਰੀ ਦੁਨੀਆ ਜਾਣਦੀ ਹੈ ਨਿਰਾਸ਼ਾ ਉੱਧਰੋਂ ਵੀ ਹੈ, ਪਰ ਜਿੱਧਰਲੇ ਪਾਸਿਓਂ ਮੁੜ ਕੇ ਆਸ਼ਾ ਹੋਣੀ ਹੁੰਦੀ ਹੈ, ਉੱਧਰਲੇ ਪਾਸਿਓਂ ਸਭ ਤੋਂ ਵੱਧ ਬੇਆਸ ਨੇ। ਅਕਾਲੀਆਂ ਦੇ ਉੱਤੇ ਦੋਸ਼ ਲੱਗੀ ਜਾਂਦੇ ਆ, ਆਮ ਆਦਮੀ ਪਾਰਟੀ ਦਾ ਝੱਗਾ ਹੀ ਪਤਾ ਨਹੀਂ ਕਿੰਨੀਆਂ ਕਥਾਵਾਂ ਦੇ ਉੱਤੇ ਪਾਟਾ ਪਿਆ। ਬਿਲਕੁਲ ਸਹੀ। ਹੁਣ ਉਹ ਜਾਣ ਤਾਂ ਕਿੱਧਰ ਜਾਣ, ਲੋਕ ਬਹੁਤ ਜ਼ਿਆਦਾ ਕੱਲ੍ਹ ਨਿਰਾਸ਼ ਦੇਖੇ, ਆਸੂਸ ਕਿਸੇ ਨੂੰ ਆਈ ਨਹੀਂ ਸੀ, ਬੈਠੇ ਸੀ। ਕਿਉਂਕਿ ਕਈ ਵਾਰੀ ਹੁੰਦਾ ਕਿ ਸਰਪੰਚ ਨੇ ਕਿਹਾ ਭਾਈ ਬਹਿਣਾ ਪੈਣਾ, ਉਮੀਦਵਾਰ ਨੇ ਕਿਹਾ ਭਾਈ ਬਹਿਣਾ ਪੈਣਾ, ਹੋਰ ਗੱਲ ਕੋਈ ਸ਼ਕਲਾਂ ਵਿਖਾਉਣ ਦਾ ਕਰਕੇ। ਅੱਛਾ, ਜਿਹੜਾ ਮੂੰਹ ਮਲਾਜੇਦਾਰੀਆਂ ਚੱਲ ਪਈਆਂ, ਬੇਸਿਕਲੀ ਤਾਂ ਮੂੰਹ ਮਲਾਜਾ ਸੀਗਾ ਜਿਹੜਾ 58% ਨੇ, ਉਹ 'ਚੋਂ 20-25% ਤਾਂ ਵਿਚਾਰੇ ਮੂੰਹ ਮਲਾਜੇਦਾਰ ਸੀਗੇ ਵੀ ਯਾਰ ਫਲਾਨੇ ਦੇ ਰਿਸ਼ਤੇਦਾਰਾਂ ਫਲਾਨਾ ਆਉਂਦਾ ਜਾਂਦਾ ਜਾਂ ਫਲਾਨੇ ਨੇ ਆਖਿਆ ਤੇ, ਹੈ ਨਾ, ਜਾਂ ਆਪਣੀ ਇੱਕ ਉਹ ਪੁਰਾਣੀ ਸ਼ਾਖ ਕਾਇਮ ਕਰਨ ਰੱਖਣ ਲਈ ਵੀ ਅਸੀਂ ਫਲਾਨੀ ਪਾਰਟੀ ਦੇ ਸਮਰਥਕ ਹਾਂ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਵੀ ਕੀ ਇਹ ਜਿਹੜੇ ਹਾਲਾਤ ਨੇ ਹੁਣ ਇਸ ਵਕਤ ਚੱਲਦੇ ਪਏ ਨੇ, ਇਹ ਕਦੀ ਸਵਾਲ ਉੱਠੂਗਾ ਕਿ ਵੀ ਹਾਂਜੀ ਇੱਕ ਪਰਟੀਕੁਲਰ ਪਰਸੈਂਟੇਜ ਜਿਹੜੀ ਹੈ ਉਹ ਵੀ ਨਿਰਧਾਰਿਤ ਕਰਨ ਦੀ ਮੰਗ ਇਸ ਮੁਲਕ ਦੇ ਵਿੱਚ ਉੱਠੇ ਕਿ ਹਾਂਜੀ ਜੇ ਲੋਕਤੰਤਰ ਹੈ ਤਾਂ ਇੰਨੇ ਫੀਸਦ ਦੀ ਪੋਲਿੰਗ ਹੋਣੀ ਜ਼ਰੂਰੀ ਹੈ ਜੇ ਆਪਾਂ ਇਹ ਮੰਨਣਾ ਕਿ ਹਾਂਜੀ ਵਾਕਿਆ ਜਿਹੜੀ ਇਲੈਕਸ਼ਨ ਉਹ ਹੋਈ ਹੈ ਅਤੇ ਲੋਕਾਂ ਨੇ ਉਹਦੇ ਵਿੱਚ ਵੋਟਾਂ ਪਾਈਆਂ ਨੇ? ਕਿਉਂਕਿ ਮੇਰੇ ਖਿਆਲ ਨਾਲ ਜਦ ਤੱਕ ਉਹ ਪਰਸੈਂਟੇਜ ਨਹੀਂ ਇਹ ਨਿਰਧਾਰਿਤ ਕੀਤੀ ਜਾਂਦੀ, ਉੰਨੀ ਦੇਰ ਤੱਕ ਤਾਂ ਕੋਈ ਫਾਇਦਾ ਨਹੀਂ ਹੈਗਾ। ਉੰਨੀ ਦੇਰ ਤੱਕ ਤਾਂ ਉਹੀ ਕੰਮ ਚੱਲੀ ਜਾਣਾ ਵੀ ਇੱਕ ਪਾਸੇ 100 ਖੋਤਾ ਖਿਲਾਰ ਦਿਉ, ਦੂਜੇ ਪਾਸੇ 2 ਘੋੜੇ ਖਿਲਾਰ ਦਿਉ, ਉਹਨਾਂ ਕਹਿੰਦੇ ਨਹੀਂ ਵੀ ਇਹ ਬੰਦੇ ਜ਼ਿਆਦੇ ਆ ਜੀ। ਸੰਧਾਵਾਲੀਆ ਸਾਹਿਬ ਇਹ ਬਹੁਤ ਮਹੱਤਵਪੂਰਨ ਸਵਾਲ ਹੈ, ਇਹਦੇ ਵਿੱਚੋਂ ਵੀ 2 ਪੱਖ ਜਿਹੜੇ ਵਿਚਾਰਨੇ ਪੈਣਗੇ। 50% ਤਾਂ ਚਾਹੀਦੀਆਂ ਨੇ ਨਾ, ਜੇ ਕੋਈ ਬੰਦਾ ਕਹਿੰਦਾ ਕਿ ਮੈਂ ਅਸਲ 'ਚ ਲੋਕਾਂ ਦਾ ਪ੍ਰਤੀਨਿਧ ਹਾਂ ਤਾਂ ਉਹ 50% ਵੋਟਾਂ ਲਵੇ ਜੀ। 50% ਵੀ ਕਿਹਦੇ 'ਚੋਂ ਲਵੇ, ਕੁੱਲ ਰਜਿਸਟਰਡ ਵੋਟਾਂ 'ਚੋਂ ਲਵੇ ਜਾਂ ਕੁੱਲ ਪੋਲ ਹੋਈਆਂ ਵੋਟਾਂ 'ਚੋਂ ਲਵੇ, ਸਾਨੂੰ ਇਹ ਵੀ ਨਿਰਧਾਰਤ ਕਰਨਾ ਪਏਗਾ। ਮੈਨੂੰ ਰਸ਼ੀਆ ਦੀ ਗੱਲ ਕਈ ਵਾਰ ਯਾਦ ਆਉਂਦੀ ਹੈ, ਉੱਥੇ ਜਦੋਂ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ ਤਾਂ ਪੁਤਿਨ ਸਾਹਿਬ ਇੱਕ ਵਾਰੀ ਕਦੇ 48%, ਫਿਰ ਉਹ ਦੂਜੀਆਂ ਵੋਟਾਂ ਗਿਣੋ ਜਾਂ ਦੁਬਾਰਾ ਪਵਾਓ, ਮਸਾਂ ਜਾ ਕੇ 50% ਤੱਕ ਆਏ, ਪਰ ਅਸਲ ਦੇ ਵਿੱਚ ਲੋਕਾਂ ਨੇ ਫਿਰ ਚੋਣ ਤਾਂ ਕੀਤੀ ਨਾ। ਬਿਲਕੁਲ। ਹੁਣ ਇੱਥੇ ਕਈ ਵਾਰ ਵੇਖਿਆ ਜਾਂਦਾ 27% ਵੋਟਾਂ ਲੈਣ ਵਾਲਾ ਜਿਹੜਾ ਪ੍ਰਤੀਨਿਧ ਲੋਕਾਂ ਦਾ, ਇਹਦਾ ਮਤਲਬ ਕਿ 27% ਲੋਕਾਂ ਦਾ ਪ੍ਰਤੀਨਿਧ ਹੈ, ਪਰ ਦੂਜੇ ਪਾਸੇ 73% ਲੋਕਾਂ ਦਾ ਪ੍ਰਤੀਨਿਧ ਨਹੀਂ, 73% ਲੋਕ ਉਹਨੂੰ ਪਸੰਦ ਨਹੀਂ ਕਰਦੇ। ਹੁਣ ਇੱਥੇ ਇੱਕ ਗੱਲ ਹੋਰ ਦੇਖੀਏ, ਇਹ ਗੱਲ ਬਹੁਤ ਜ਼ਰੂਰੀ ਹੈ। ਹੁਣ ਪੰਜਾਬ ਦੇ ਵਿੱਚ ਅਸੀਂ ਕਿੱਦਾਂ ਦਾ ਕਲਚਰ ਪੈਦਾ ਕਰ ਲਿਆ, ਜਦੋਂ ਕੋਈ ਬੰਦਾ ਬਲਾਕ ਸੰਮਤੀ ਦਾ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਜਾਂ MLA ਜਿੱਤ ਕੇ ਬਾਹਰ ਨਿਕਲਦਾ ਜਾਂ ਸਰਪੰਚ ਵੀ ਜਿੱਤ ਕੇ ਬਾਹਰ ਨਿਕਲਦਾ, ਉਹ ਲੋਕਾਂ ਦਾ ਸਰਪੰਚ ਥੋੜ੍ਹਾ ਹੁੰਦਾ, ਉਹ ਲੋਕਾਂ ਦਾ MLA ਹੁੰਦਾ ਹੀ ਨਹੀਂ, ਉਹ ਆਪਣੇ ਧੜੇ ਦਾ ਸਰਪੰਚ ਅਤੇ ਧੜੇ ਦਾ MLA ਹੁੰਦਾ।
ਜਿਹੜਾ ਬੰਦਾ ਉਹਦੇ ਵਿਰੋਧ 'ਚ ਭੁਗਤਿਆ ਹੁੰਦਾ ਉਹ ਕਦੇ ਆਸ ਕਰ ਲੂ ਕਿ ਭਾਈ ਮੇਰੇ ਫਾਰਮ ਦੇ ਉੱਤੇ ਇਹਨੇ ਜਾਂਦੇ ਘੁੱਗੀ ਮਾਰ ਦੇਣੀ ਆ, ਕਦੇ ਵੀ ਨਹੀਂ। ਬਿਲਕੁਲ ਸਹੀ। ਤੇ ਜਿਹੜਾ ਬੰਦਾ ਉਹਦੇ ਹੱਕ 'ਚ ਭੁਗਤਿਆ ਹੁੰਦਾ ਉਹ ਕਹਿੰਦਾ ਭਾਵੇਂ ਮੈਂ ਕੋਰੇ ਕਾਗਜ਼ ਦੇ ਉੱਤੇ ਦਸਤਖਤ ਕਰਾ ਲਵਾਂ, ਸਰਪੰਚ ਤਾਂ ਵੀ ਕਰੂ, ਅਸੀਂ ਮਾਣ ਨਾ ਕਹਿੰਦੇ ਆ, ਲੈ ਸਰਪੰਚ ਆਪਣਾ ਬੰਦਾ, ਮੈਂ ਤਾਂ ਟੈਂਕੀ ਦੇ ਉੱਤੇ ਪੋਸਟਰ ਉਹਦੇ ਆਪ ਲਾਉਂਦਾ ਰਿਹਾ, ਮੈਂ ਇੰਨੀਆਂ ਵੋਟਾਂ, ਬੇਬੇ ਸਾਡੀ ਤਾਂ ਪਰੂੰ ਦੀ ਪੂਰੀ ਹੋ ਗਈ ਸੀ, ਮੈਂ ਵੋਟ ਉਹਦੀ ਫਿਰ ਵੀ ਪਾਤੀ, ਸਰਪੰਚ ਕਿਵੇਂ ਨਹੀਂ ਦਸਤਖਤ ਕਰੂ? ਐਂ ਕਰਦੇ ਜਿਵੇਂ ਸਰਪੰਚ ਨੂੰ ਮਰੋੜ ਕੇ ਜੇਬ 'ਚ ਪਾ ਲਿਆ ਹੁੰਦਾ। ਇਹ ਸਾਡੀ ਆਮ ਲੋਕਾਂ ਦੀ ਮਾਨਸਿਕਤਾ ਜਿਹੜੀ ਹੈ ਨਾ, ਇਹ ਜੜੀ ਤੇਲ ਦਿੰਦੀ ਹੈ, ਅਤੇ ਤੇਲ ਜਦੋਂ ਬੂਟੇ 'ਤੇ ਜੜੀ ਬਹੁਤਾ ਜ਼ਿਆਦਾ ਹੋ ਜਾਏ ਫਿਰ ਉਹਨੇ ਡਿੱਗਣਾ ਹੀ ਹੁੰਦਾ, ਚਿਕਨਾਹਟ ਜਿਹੜੀ ਕਿਸੇ ਕੰਮ ਨਹੀਂ ਆਉਂਦੀ। ਅੱਛਾ, ਇਹਦਾ ਮੈਨੂੰ ਲੱਗਦਾ ਕਿ ਹੱਲ ਜਿਹੜਾ ਕਿ ਭਾਰਤੀ ਲੋਕਤੰਤਰ ਦੇ ਵਿੱਚ ਮੌਜੂਦ ਆ ਅਤੇ ਆਮ ਲੋਕਾਂ ਤੱਕ ਪ੍ਰਚਾਰਿਆ ਨਹੀਂ ਗਿਆ, ਮੈਨੂੰ ਲੱਗਦਾ ਕਿ ਉਹ ਹੱਲ ਵਧੀਆ, ਕਿਉਂਕਿ ਇਸ ਵਾਰ ਵੀ ਪਹਿਲਾਂ ਤਾਂ ਚਲੋ ਜਿਹੜੀ ਮਸ਼ੀਨ ਹੁੰਦੀ ਸੀ, ਮਸ਼ੀਨ ਦੇ ਉੱਪਰ ਬਟਨ ਹੁੰਦਾ ਸੀ ਕਿ ਨਨ ਆਫ ਦਾ ਬਾਬ, ਯਾਨੀ ਕਿ ਨੋਟਾਂ ਦਾ ਬਟਨ, ਅਤੇ ਹੁਣ ਵੀ ਆ ਗਿਆ ਕਿ ਵੀ ਜਿਹੜੇ ਬੈਲਟ ਪੇਪਰ ਸੀ ਉਹਨਾਂ ਦੇ ਉੱਪਰ ਪਰਚੀ ਦੇ ਉੱਪਰ ਲਿਖਿਆ ਹੋਇਆ ਸੀ ਕਿ ਉਪਰੋਕਤਾਂ ਵਿੱਚੋਂ ਜਿਹੜੇ ਉਪਰੋਕਤ ਨੇ ਉਮੀਦਵਾਰਾਂ ਵਿੱਚੋਂ ਕੋਈ ਵੀ ਨਹੀਂ, ਵੀ ਤੁਹਾਡੀ ਚੋਇਸ ਹੈ ਕਿ ਮੈਂ ਇਹਨਾਂ ਸਾਰਿਆਂ ਨੂੰ ਨਕਾਰਦਾ। ਅਤੇ ਮੇਰੇ ਖਿਆਲ ਨਾਲ ਜਿਹੜੇ ਉਹ 30% ਜਿੱਦਾਂ ਆਪਾਂ ਗੱਲ ਕਰਦੇ, ਚਲੋ ਹੈ ਤਾਂ 42%, 30% ਵੀ ਜਿਹੜੇ ਉਹ ਨਹੀਂ ਨਿਕਲੇ, ਇਹਦਾ ਮਤਲਬ ਉਹਨਾਂ ਦੀ ਮਾਨਸਿਕਤਾ ਕਿਤੇ ਨਾ ਕਿਤੇ ਇਹ ਫਸੀ ਹੋਈ ਹੈ ਕਿ ਯਾਰ ਸਾਨੂੰ ਪਸੰਦ ਨਹੀਂ, ਤਾਂ ਫਿਰ ਮੇਰੇ ਖਿਆਲ ਨਾਲ ਉਹਨਾਂ ਨੂੰ ਵੀ ਘਰਾਂ 'ਚੋਂ ਨਿਕਲ ਕੇ ਉਹ ਵਾਲੀ ਮੋਹਰ ਲਾਉਣੀ ਚਾਹੀਦੀ ਸੀ ਕਿ ਨਹੀਂ ਲਾਉਣੀ ਚਾਹੀਦੀ? ਬਹੁਤ ਜ਼ਰੂਰੀ ਸੀ। ਇਹ ਜਿਹੜੇ ਲੀਡਰ ਹੈ ਨਾ, ਇਹ ਕਿਹਾ ਨਹੀਂ ਸੁਣਦੇ, ਇਹ ਕਹਿੰਦੇ ਨਹੀਂ ਮੈਂ ਤਾਂ ਕੰਨਾਂ 'ਚ ਤੇਲ ਪਾਇਆ ਸੀ, ਉੱਦਣ ਕੋਈ ਪ੍ਰੋਬਲਮ ਸੀ, ਮੈਨੂੰ ਸਮੱਸਿਆ ਸੀ, ਮੈਨੂੰ ਤੇਰੀ ਗੱਲ ਸੁਣੀ ਨਹੀਂ, ਇਹਨਾਂ ਨੂੰ ਨੋਟਾਂ ਦਿਸੂ। ਇਹ ਨੋਟਾਂ ਦੀ ਆਪਸ਼ਨ ਵੀ ਬੜੀ ਜਦੋਜਹਿਦ ਬਾਅਦ ਮਿਲੀ ਹੈ। ਬਿਲਕੁਲ ਸਹੀ। ਅਤੇ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਭਾਈ ਉੱਥੇ ਇੰਨੀ ਜ਼ੋਰ ਦੀ ਮੋਹਰ ਲਾਓ ਕਿ ਇਹਨਾਂ ਦੇ ਪੈਰ ਧਰਤੀ ਤੋਂ ਇੱਕ ਵਾਰੀ ਕੰਬ ਜਾਣ। ਜੇ ਇਹ 30% ਵੋਟਾਂ ਨੋਟਾਂ ਨੂੰ ਪੈ ਜਾਂਦੀਆਂ, ਮੈਨੂੰ ਲੱਗਦਾ ਸਾਰਿਆਂ ਤੋਂ ਵੱਧ ਹੋ ਜਾਣੀਆਂ ਸੀ ਕਈ ਪਾਸੇ ਤਾਂ। ਬਿਲਕੁਲ ਸਹੀ। ਕਿਉਂਕਿ 5-5-6 ਬੰਦੇ ਖੜੇ ਆ, ਵੋਟਾਂ ਉਹਨਾਂ ਦੇ ਵਿੱਚ ਵੰਡ ਹੋਣੀਆਂ ਸੀ ਦੂਸਰੀਆਂ। ਹੁਣ ਜਿਹੜੇ ਬੰਦੇ ਘਰੋਂ ਬਾਹਰ ਨਹੀਂ ਨਿਕਲੇ, ਇੱਕ ਤਾਂ ਵੋਟ ਪਾਉਣ ਜਾਂਦੇ ਤਾਂ ਉਮੀਦਵਾਰ ਨੂੰ ਲੱਗਦਾ ਕਿ ਭਾਈ ਮੈਨੂੰ ਪਾਈ ਹੋਣੀ ਆ, ਮੈਨੂੰ ਪਾਈ ਹੋਣੀ ਆ। ਦੂਸਰਾ, ਮੈਨੂੰ ਇੱਕ ਗੱਲ ਹੋਰ ਵੀ ਐਤਕੀ ਲੱਗੀ ਹੈ, ਜਿਨ੍ਹਾਂ ਲੋਕਾਂ ਨੇ ਨੋਟਾਂ 'ਤੇ ਮੋਹਰਾਂ ਲਾਈਆਂ ਉੱਪਰ, ਕਈ ਕੁਝ ਸਿਆਸੀ ਪਾਰਟੀਆਂ ਦੇ ਬਾਰੇ ਨੋਟ ਵੀ ਕੀਤਾ, ਨੋਟ ਕਰਕੇ ਤਸਵੀਰਾਂ ਵੀ ਖਿੱਚੀਆਂ ਕਿ ਭਾਈ ਮੈਂ ਆਹ ਕਰਕੇ ਆਇਆ, ਇਹਦਾ ਮਤਲਬ ਹੈ ਕਿ ਉਹ ਸਿਆਸੀ ਪਾਰਟੀਆਂ ਤੋਂ ਦੇਖੋ ਕਿੰਨਾ ਬਦਜ਼ਨ ਹੋ ਚੁੱਕੇ ਆ ਨਾ। ਬਿਲਕੁਲ। ਉਹਨਾਂ ਦੀ ਨਿਰਾਸ਼ਾ ਦਾ ਕੋਈ ਪਾਰ ਥੋੜ੍ਹੀ ਹੈ। ਪਰ ਪੰਜਾਬ ਦੇ ਲੋਕ ਜਿਸ ਦਿਨ ਨੋਟਾਂ ਦੇ ਵੱਲ ਨੂੰ ਆਉਣ ਲੱਗ ਪਏ, ਨੋਟਾਂ ਦੀਆਂ ਜੇ ਵੋਟਾਂ ਮੈਂ ਕਹਿੰਦਾ 15% ਵੀ ਹੋਣ ਲੱਗ ਪਈਆਂ, ਤਾਂ ਉਹਦੇ ਤੋਂ ਬਾਅਦ ਇੱਕ ਚਰਚਾ ਚੱਲੂ ਕਿ ਭਾਈ ਜੇ ਨੋਟਾਂ ਦੀਆਂ ਵੋਟਾਂ ਇੰਨੀਆਂ ਹੋ ਗਈਆਂ ਤਾਂ ਕਿਉਂ ਨਾ ਆਪਾਂ ਇਲੈਕਸ਼ਨ ਦਾ ਸਰੂਪ ਕੋਈ ਦੂਸਰਾ ਕਰੀਏ। ਇੱਕ ਗੱਲ ਇੱਥੇ ਵਟਸਐਪ ਮੈਨੂੰ ਲੱਗਦਾ ਵੇਖਣ ਵਾਲੀ ਉਹ ਇਹ ਹੈ ਕਿ ਵੀ ਤੁਸੀਂ ਦੇਖਿਆ ਹੋਣਾ ਇੱਕ ਪਰਦਾ ਜਿਹਾ ਕੀਤਾ ਹੁੰਦਾ ਵੀ ਹਾਂਜੀ ਕਿਸੇ ਨੂੰ ਪਤਾ ਨਾ ਲੱਗ ਸਕੇ ਕਿ ਤੁਸੀਂ ਆਪਣੇ ਵੋਟ ਦਾ ਅਧਿਕਾਰ ਗੋਪਨੀਯ ਤਰੀਕੇ ਦੇ ਨਾਲ ਕਰ ਸਕੋ, ਹੈ ਨਾ। ਹੁਣ ਗੱਲ ਇਹ ਹੈ ਕਿ ਵੀ ਅਸੀਂ ਕੁਝ ਕੁ ਲੋਕਾਂ ਨੇ ਜਿਹਨਾਂ ਨੇ ਨੋਟਾਂ ਦੇ ਉੱਪਰ ਮੋਹਰ ਲਾਈ ਹੈ, ਉਹਨਾਂ ਨੇ ਉਸ ਚੀਜ਼ ਨੂੰ ਪਾਸੇ ਹਟਾਤਾ ਕਿ ਮੈਂ ਸ਼ਰੇਆਮ ਉਹ ਕੰਮ ਕੀਤਾ ਅਤੇ ਮੈਂ ਦੱਸਣਾ ਚਾਹੁੰਦਾ ਤਾਂ ਜੋ ਮੇਰੇ ਵੱਲ ਦੇਖ ਕੇ ਜਿਹੜੀ ਲਾਈਨ ਹੈ ਉਹ ਤੁਰੇ, ਜਿਹੜੀ ਕਿ ਲਾਈਨ ਦੇ ਵਿੱਚ 2-4-5 ਬੰਦੇ ਲੱਗੇ ਨੇ ਉਹ ਲੰਮੀ ਹੋਵੇ, ਕਿਉਂਕਿ ਦਿਲਾਂ 'ਚ ਨਾ ਰੱਖੋ ਗੱਲ, ਉਹ ਹੁਣ ਸਾਹਮਣੇ ਆ ਕੇ ਕਹਿਣ ਦੀ ਲੋੜ ਹੈ। ਤੁਹਾਨੂੰ ਲੱਗਦਾ ਕਿ ਵੀ ਇਹ ਵੀ ਇੱਕ ਤਰ੍ਹਾਂ ਨਾਲ ਨਵੀਂ ਸ਼ੁਰੂਆਤ ਹੈ? ਬਿਲਕੁਲ। ਦੇਖੋ ਹੁਣ ਸੋਸ਼ਲ ਮੀਡੀਆ ਲੋਕਾਂ ਕੋਲ ਹੈਗਾ, ਕਿਸੇ ਵੀ ਬੰਦੇ ਨੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਨਹੀਂ ਕੀਤੀ, ਮੈਂ ਨੋਟਾਂ ਨੂੰ ਵੋਟ ਪਾਈ ਹੈ, ਉਹਨਾਂ ਨੇ ਸੋਸ਼ਲ ਮੀਡੀਆ 'ਤੇ ਪ੍ਰਚਾਰਿਆ ਕਿ ਭਾਈ ਮੈਂ ਨੋਟਾਂ ਵੱਲ ਸੀ, ਆ ਵੇਖੋ ਉੱਪਰ ਵੱਡੀਆਂ ਵੱਡੀਆਂ ਪਾਰਟੀਆਂ ਦੇ ਭਾਰੇ ਭਾਰੇ ਬੰਦੇ ਉਮੀਦਵਾਰ ਸੀ, ਪਰ ਮੈਂ ਨੋਟਾਂ ਦੇ ਛੋਟੇ ਜਿਹਾ ਖਾਨੇ 'ਚ ਠਾਹ ਕਰਕੇ ਮੋਹਰ ਲਾਈ। ਉਹਦੇ ਨਾਲ ਲੋਕਾਂ ਦੇ ਵਿੱਚ ਇੱਕ ਗਲਤ ਆ ਜਾਂਦੀ ਹੈ ਕਿ ਭਾਈ ਇਹ ਬੰਦੇ ਨੇ ਨੋਟਾਂ ਨੂੰ ਮੋਹਰ ਲਈ, ਨੋਟਾਂ ਹੈ ਕੀ? ਫਿਰ ਬੰਦਾ ਥੋੜ੍ਹੀ ਬਹੁਤ ਸਰਚ ਕਰਦਾ, ਕਿਸ ਨੂੰ ਆਂਢੋਂ ਗੁਆਂਢੋਂ ਪੁੱਛਦਾ, ਅੱਜ ਇਹ ਕੰਮ ਛੋਟਾ ਲੱਗਦਾ ਕੱਲ੍ਹ ਨੂੰ ਵੱਡਾ ਹੋਏਗਾ, ਅਤੇ ਹੌਲੀ ਹੌਲੀ ਆਮ ਲੋਕ ਜਿਨ੍ਹਾਂ ਸਿਆਸੀ ਪਾਰਟੀਆਂ ਨੂੰ ਸੁਧਾਰ ਨਹੀਂ ਸਕੇ, ਮੈਨੂੰ ਲੱਗਦਾ ਕਿ ਉਹਨਾਂ ਦੇ ਰਾਹ ਵਿੱਚ ਨੋਟਾਂ ਕਿਤੇ ਅੜ ਕੇ ਖੜ ਜ਼ਰੂਰ ਸਕਦਾ। ਪਰ ਇੱਕ ਗੱਲ ਹੋਰ ਹੋ ਗਈ ਹੈ, 1.5 ਸਾਲ ਦੇ ਵਿੱਚ ਵਿੱਚ ਸੰਧਾਵਾਲੀਆ ਸਾਹਿਬ ਪੰਜਾਬ 'ਚੋਂ ਤੀਸਰਾ ਬਦਲ ਸਾਫ ਹੋ ਗਿਆ। ਕੱਲ੍ਹ ਸਾਰੇ ਪੰਜਾਬ 'ਚ ਜਦੋਂ ਵੋਟਾਂ ਪੈਂਦੀਆਂ ਸੀ, 80% ਪਿੰਡਾਂ 'ਚ ਆਮ ਆਦਮੀ ਪਾਰਟੀ ਦਾ ਬੂਥ ਨਹੀਂ ਸੀ, 80% ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੋਲਿੰਗ ਏਜੰਟ ਵੀ ਨਹੀਂ ਸੀ ਅੰਦਰ ਬੈਠਾ। ਉਦੋਂ ਤਾਂ ਚੰਗਾ ਹੋਇਆ ਨਹੀਂ ਬੈਠੇ, ਜਿੱਦਾਂ ਇਹਨਾਂ ਨੇ ਕਟਾਪਾ ਚਾੜਿਆ ਐਤਕੀ, ਉਹਨਾਂ ਦੇ ਵੀ ਬੰਦੇ ਵਿੱਚ ਰਗੜੇ ਜਾਣੇ ਸੀ, ਵੱਜਣੀਆਂ ਉਹਨਾਂ ਦੇ ਵੀ, ਵੱਜਣੀਆਂ ਉਹਨਾਂ ਦੇ ਵੀ ਸੀ। ਹੁਣ ਦੇਖੋ ਕੱਲ੍ਹ ਜਾਮ ਲੱਗਿਆ, ਕੱਲ੍ਹ ਜਾਮ ਲੱਗੇ, ਗੋਲੀਆਂ ਚੱਲੀਆਂ, ਗੋਲੀਆਂ ਚੱਲਣ ਦੇ ਨਾਲ ਨਾਲ ਡਾਂਗਾਂ ਇੰਨੀਆਂ ਕੁ ਵਰੀਆਂ ਨਾ, ਕੱਲ੍ਹ ਲੋਕ ਸੋਚਦੇ ਸੀ ਕਿ ਭਾਈ ਅੱਗੋਂ ਵੋਟ ਪਾਉਣ ਵੀ ਜਾਇਆ ਕਰਾਂਗੇ ਕਿ ਨਹੀਂ। ਇੱਕ ਕੁੜੀ 'ਤੇ ਗੋਲੀ ਲੱਗੀ ਆ, ਉਹ ਕੁੜੀ ਕਿਤੇ ਬੂਥ ਲੁੱਟਣ ਆਈ ਸੀ ਜੀ, ਉਹ ਕੁੜੀ ਕਿਤੇ ਜਾਲੀ ਵੋਟ ਪਾਉਣ ਆਈ ਸੀ। ਇਹਦਾ ਮਤਲਬ ਹੈ ਕਿ ਆਮ ਲੋਕਾਂ ਨੂੰ ਕਿਤੇ ਨਾ ਕਿਤੇ ਡਰਾਇਆ ਵੀ ਜਾ ਰਿਹਾ। ਆਪਾਂ ਕਿਸੇ ਪਾਰਟੀ ਵਿਸ਼ੇਸ਼ ਦੀ ਗੱਲ ਨਹੀਂ ਕਰਦੇ, ਠੀਕ 5 ਸਾਲ ਪਹਿਲਾਂ ਦੀਆਂ ਅਖਬਾਰਾਂ ਖੋਲ੍ਹ ਕੇ ਵੇਖ ਲਓ, ਟੀਵੀ ਦੇ ਰਿਕਾਰਡਿੰਗਸ ਖੋਲ੍ਹ ਕੇ ਵੇਖ ਲਓ, ਉਦੋਂ ਦੂਸਰੀ ਪਾਰਟੀ ਉੱਥੇ ਹੁੰਦੀ ਸੀ ਤਾਂ ਕੰਮ ਇੱਦਾਂ ਹੀ ਚੱਲਦਾ ਸੀ। ਮਤਲਬ ਉਹ ਖਬਰ ਸਾਰੀ ਸੇਮ ਹੋਣੀ ਹੈ, ਆਪਣੇ ਵਰਗੇ ਦੋ ਬੰਦੇ ਜਿਹੜੇ ਸਿਰ ਜੋੜ ਕੇ ਬੈਠੇ ਹੋਣਗੇ ਉਹ ਵੀ ਉੱਦਾਂ ਹੀ ਬੋਲਦੇ ਹੋਣੇ ਆ, ਬਸ ਸ਼ਬਦ ਉਹਨਾਂ ਦੀ ਜ਼ੁਬਾਨ ਦੇ ਵਿੱਚ ਜਿਹੜੇ ਨੇ ਉਹ ਦੂਸਰੇ ਹੋਣੇ ਆ, ਕਿ ਜਿਹੜੀ ਪਾਰਟੀ ਹੁਣ ਕੁੱਟ ਖਾਣ ਵਾਲੀ ਹੈ ਉਦੋਂ ਕੁੱਟਣ ਵਾਲਿਆਂ ਵਾਲੀ ਧਿਰ 'ਚ ਹੋਊਗੀ, ਅਤੇ ਜਿਹੜੇ ਹੁਣ ਕੁੱਟ ਰਹੇ ਨੇ ਉਹ ਉਦੋਂ ਕੁੱਟ ਖਾਣ ਵਾਲਿਆਂ 'ਚ ਹੋਣਗੇ। ਇਹ
ਇਹਨੂੰ ਕਿਵੇਂ ਦੇਖਦੇ ਹੋ ਅਤੇ ਉਸ ਤੋਂ ਬਾਅਦ ਪਰਚੇ ਵਾਲੀ ਗੱਲ ਵੀ ਚਲੋ ਆਪਾਂ ਕਰ ਹੀ ਲੈਂਦੇ ਹਾਂ ਜੀ। ਸੰਧਵਾਲੀਆ ਸਾਹਿਬ, ਤੁਸੀਂ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਜ਼ਿਕਰ ਕੀਤਾ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਾਹਿਬ, ਇੱਕ ਬੂਥ ਦਾ ਰੌਲਾ ਪੈ ਗਿਆ ਜੀ, ਬੂਥ ਲੁੱਟ ਲਿਆ, ਬੂਥ 'ਤੇ ਕਬਜ਼ਾ ਹੀ ਕਰ ਲਿਆ, ਸਾਰੀਆਂ ਵੋਟਾਂ ਜਿਹੜੀਆਂ ਦੂਜੇ ਪਾਸੇ ਪਾਤੀਆਂ। ਸੁਖਬੀਰ ਸਿੰਘ ਬਾਦਲ ਸਾਹਿਬ ਆਏ ਆਏ ਅਤੇ ਗੱਡੀ ਦੇ ਵਿੱਚੋਂ ਸਿਰ ਬਾਹਰ ਕੱਢਿਆ, ਦੇਖਿਆ ਉਹਦੇ ਵਾਲੇ ਮਾਹੌਲ ਕੀ ਆ, ਅੱਛਾ ਆਹ ਪੁਲਿਸ ਕਰਮਚਾਰੀ ਨਾਂ ਵੀ ਚੇਤਾ ਸੀ, ਕਹਿੰਦੇ ਭਾਈ ਤੈਨੂੰ ਤਾਂ ਅਸੀਂ ਲਵਾਇਆ ਸੀ ਅਤੇ ਤੈਨੂੰ ਇਸ ਕਰਕੇ ਥੋੜ੍ਹੀ ਲਵਾਇਆ ਸੀ, ਦੂਜੀ ਪਾਰਟੀ ਲਈ ਕੁੰਡੀਆਂ ਲਾਉਂਦਾ ਫਿਰੇ ਅੰਦਰੋਂ। ਇਹਦਾ ਦੇਖੋ ਸਿੱਧਾ ਸਾਧਾ ਮਤਲਬ, ਤੁਸੀਂ ਕਿਵੇਂ ਲਵਾਤਾ ਬਈ? ਪੁਲਿਸ ਦਾ ਕੋਈ ਐਕਟ ਨਹੀਂ, ਪੁਲਿਸ ਦਾ ਕੋਈ ਕਾਨੂੰਨ ਨਹੀਂ, ਬਦਲੀਆਂ ਦਾ, ਨਿਯੁਕਤੀਆਂ ਦਾ, ਸੇਵਾ ਮੁਕਤੀਆਂ ਦਾ, ਕੰਮ ਕਰਨ ਦਾ, ਪੁਲਿਸ ਕਾਨੂੰਨ ਦੇ ਵਿੱਚ ਕੰਮ ਕਰਦੀ ਹੈ। ਅਤੇ ਜਦੋਂ ਐਡਾ ਵੱਡਾ ਲੀਡਰ ਆਪ ਕਹੇ ਕਿ ਭਾਈ ਮੈਂ ਲਵਾਇਆ ਸੀ, ਇਹਦਾ ਮਤਲਬ ਹੈ ਕਿ ਪੁਲਿਸ ਤੰਤਰ ਦੇ ਵਿੱਚ ਦਖਲਅੰਦਾਜ਼ੀ ਪਹਿਲਾਂ ਵੀ ਸੀ ਅਤੇ ਅੱਜ ਵੀ ਹੈਗੀ ਹੈ। ਅਤੇ ਜਦੋਂ ਅਸੀਂ ਸਿੱਧੇ ਤੌਰ 'ਤੇ ਕਹਿਣ ਲੱਗ ਪਈਏ ਕਿ ਭਾਈ ਇੱਦਾਂ ਨਹੀਂ ਸੀ ਕਰਨਾ, ਤੁਹਾਡਾ ਆਪਣਾ ਬੰਦਾ ਸੀ, ਤੂੰ ਫਲਾਨਾ ਕੰਮ ਕਰਨ ਲੱਗ ਪਿਆ, ਇਹਦਾ ਮਤਲਬ ਹੈ ਕਿ ਹੁਣ ਉੱਪਰ ਤੋਂ ਹੇਠਾਂ ਤੱਕ ਸਿਉਂਕ ਲੱਗ ਗਈ ਹੈ। ਜ਼ੋਰ ਨਾ ਮਰ ਜਾ, ਡੰਡਾ ਮਾਰਾਂਗੇ ਤਾਂ ਕੁਝ ਨਾ ਕੁਝ ਝੜੇਗਾ ਜ਼ਰੂਰ। ਬਾਕੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਤੇ ਪਰਚਾ ਹੋਇਆ, ਉਹਨਾਂ ਦੇ ਸਾਥੀਆਂ 'ਤੇ ਵੀ ਹੋਇਆ, ਹੋਇਆ ਇਸ ਕਰਕੇ ਕਿ ਉਹਨਾਂ ਦੀ ਹਾਜ਼ਰੀ ਦੇ ਵਿੱਚ ਇੱਕ ਕਾਂਗਰਸੀ ਕੈਂਡੀਡੇਟ ਦਾ ਕਟਾਪਾ ਚੜਿਆ। ਆਪਾਂ ਨਹੀਂ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਚੜਿਆ, ਪਰ ਜੇ ਉਹਨਾਂ ਦੀ ਪਾਰਟੀ ਦਾ ਕੋਈ ਬੰਦਾ ਉੱਥੇ ਕੰਮ ਕਰਦਾ ਸੀ, ਰੋਕਣਾ ਚਾਹੀਦਾ ਸੀ, ਕਿਉਂਕਿ ਉਹਦੀਆਂ ਗਲਤ ਉਦਾਹਰਨਾਂ ਜਾਂਦੀਆਂ, ਲੋਕਾਂ ਦੇ ਵਿੱਚ ਠੀਕ ਅਕਸ ਨਹੀਂ ਬਣਦਾ। ਬਿਲਕੁਲ ਸਹੀ ਜੀ, ਮੈਂ ਦੱਸਦਾ ਆਪਣੇ ਦਰਸ਼ਕਾਂ ਨੂੰ ਕਿ ਇਸ ਵਕਤ ਤੁਸੀਂ ਦੇਖ ਰਹੇ ਹੋ ਪ੍ਰਾਈਮ ਫੋਕਸ, ਪ੍ਰਾਈਮ ਏਸ਼ੀਆ TV 'ਤੇ ਅਸੀਂ ਗੱਲ ਕਰ ਰਹੇ ਹਾਂ। ਕੱਲ੍ਹ ਪੰਜਾਬ ਦੇ ਵਿੱਚ ਵੋਟਾਂ ਪਈਆਂ ਅਤੇ ਸੁੱਖ ਨਾਲ ਪੰਜਾਬੀਆਂ ਨੇ UP ਬਿਹਾਰ ਦੇ ਦਰਸ਼ਨ ਖੁਦ ਆਪਣੇ ਪਿੰਡਾਂ 'ਚ, ਗਲੀਆਂ, ਮੁਹੱਲਿਆਂ 'ਚ ਆਪਣਿਆਂ ਵੱਲੋਂ ਹੀ ਕੀਤੇ, ਅਤੇ ਉਹਦੇ ਵਿੱਚ ਬੜੀ ਉਹਨਾਂ ਨੂੰ ਖੁਸ਼ੀ ਮਹਿਸੂਸ ਹੋਈ। ਰਹਿੰਦੇ ਖੁਦ ਦਰਸ਼ਨ CCTV ਕੈਮਰਿਆਂ ਨੇ ਕਰਵਾ ਤੇ ਅਤੇ ਚੰਦ ਦਿਨਾਂ ਤੱਕ ਅਖਬਾਰਾਂ ਵੀ ਕਰਵਾਉਂਦੀਆਂ ਰਹਿਣਗੀਆਂ। ਨਹੀਂ ਕਿਸੇ ਨੂੰ ਹੋਏ ਤਾਂ ਫਿਰ ਉਹ ਵੀ 2-4 ਦਿਨਾਂ ਦੇ ਵਿੱਚ ਜਦੋਂ ਥਾਣੇ ਕਚਹਿਰੀ ਗੇੜੇ ਮਾਰਨਗੇ, ਵਰਕਸ਼ਾਪ 'ਤੇ ਮਿਸਤਰੀ ਨੂੰ ਪੁੱਛਣਗੇ ਵੀ ਕਾਰ ਦੇ ਹੁਣ ਕਿੰਨੇ ਪੈਸੇ ਲੱਗਣੇ ਆ, ਜਾਂ ਜਿਹੜਾ ਕੋਈ ਵੱਜ ਕੇ ਬਾਹਲਾ ਆਰੀ ਹੋ ਗਿਆ, ਜਦੋਂ ਉਹ 1.5 ਮਹੀਨੇ ਬਾਅਦ ਠੀਕ ਠਾਕ ਹੋ ਕੇ ਅਤੇ ਬਾਹਰ ਪੇਪਰ ਥੱਲੇ ਤਾਸ਼ ਖੇਡਦਿਆਂ ਕੋਲ ਜਾਊਗਾ, ਫਿਰ ਉਹਨੂੰ ਯਾਦ ਆਊਗਾ, ਅੱਛਾ ਯਾਰ ਵੋਟਾਂ ਤਾਂ 19 ਨੂੰ ਸੀ ਅਤੇ ਤੇਰੀ ਲੱਤ ਅਜੇ ਠੀਕ ਹੋਈ ਕਿ ਨਹੀਂ ਹੋਈ। ਇਹ ਗੱਲ ਮੈਂ ਯਾਦ ਤਾਂ ਕਰਵਾ ਰਿਹਾ ਕਿਉਂਕਿ ਇਹਨਾਂ ਨੂੰ ਯਾਦ ਰੱਖਿਓ, ਜੇ ਨਹੀਂ ਤਾਂ ਫਿਰ ਆਹੀ ਕੁਛ ਚੱਲਦਾ ਰਹਿਣਾ, ਸ਼ੁਰੂਆਤ ਹੋ ਗਈ ਆ, ਅੱਗੇ ਅੱਗੇ ਹੁਣ ਇਹ ਕੰਮ ਵਧੇਗਾ। ਅੱਛਾ ਹੁਣ ਥੋੜ੍ਹੀ ਜਿਹੀ ਮੈਂ ਇੱਕ ਗੱਲ, ਹਾਂਜੀ ਜ਼ਰੂਰ ਜ਼ਰੂਰ ਕਰੋ, ਮੈਨੂੰ ਲੱਗਦਾ ਕਿ ਰੁਕ ਨਾ ਜਾਏ, ਮੈਨੂੰ ਲੱਗਦਾ ਕਿ ਸੱਤਾ ਤਾਕਤ ਜਿਹੜੀ ਸ਼ਕਤੀ ਹੈ ਨਾ, ਉਹਨੇ ਕੱਲ੍ਹ ਆਪਣਾ ਅਸਰ ਵਿਖਾਇਆ। ਮੈਂ ਸਾਰੇ ਪੰਜਾਬ ਨੂੰ ਕਦੇ ਜ਼ਿਲ੍ਹਿਆਂ 'ਚ ਵੰਡ ਕੇ ਵੇਖਾਂ ਅੱਧੀ ਰਾਤ ਤੱਕ, ਕਦੇ ਮਾਝੇ ਮਾਲਵੇ ਦੁਆਬੇ 'ਚ ਵੰਡ ਕੇ ਵੇਖਾਂ, ਅਤੇ ਮੈਨੂੰ ਇੱਕ ਅਜੀਬ ਜਿਹੀ ਖੁਸ਼ਬੂ ਆਈ ਉਹਦੇ ਵਿੱਚੋਂ, ਦੁਆਬੇ 'ਚ ਕੋਈ ਘਟਨਾ ਨਹੀਂ ਘਟੀ। ਕਿਉਂ ਨਹੀਂ ਘਟੀ ਇਹਨਾਂ 4-5 ਜ਼ਿਲ੍ਹਿਆਂ 'ਚ? ਸਿਰਫ ਇੱਕ ਆਦਮਪੁਰ ਦੇ ਵਿੱਚ ਰੌਲਾ ਪਿਆ, ਉਹ ਵੀ ਜਾਤੀ ਸੂਚਕ ਸ਼ਬਦਾਂ ਦਾ ਸੀ, ਕੋਈ ਸਿੱਧਾ ਇਲੈਕਸ਼ਨ ਦੇ ਨਾਲ ਸੰਬੰਧਿਤ ਨਹੀਂ ਸੀ। ਬਾਕੀ ਭਾਵੇਂ ਨਵਾਂ ਸ਼ਹਿਰ ਹੈ, ਜਲੰਧਰ ਹੈ, ਹੁਸ਼ਿਆਰਪੁਰ, ਕਪੂਰਥਲਾ ਸ਼ਾਂਤ ਰਿਹਾ, ਵੋਟਾਂ ਘੱਟ ਪਈਆਂ, ਵੱਧ ਪਈਆਂ ਕੋਈ ਗੱਲ ਨਹੀਂ, ਘਟਨਾਵਾਂ ਕਿੱਥੇ ਘਟੀਆਂ? ਮਾਲਵੇ 'ਚ, ਮਾਝੇ 'ਚ। ਮੰਤਰੀ ਵੀ ਤਾਂ ਦੁਆਬੇ ਦੇ ਕੋਲ ਲੈ ਦੇ ਕੇ ਇੱਕੋ ਹੀ ਆ ਨਾ, ਸੱਤਾ ਹੀ ਹੈ ਨਹੀਂ, ਤਾਕਤ ਹੀ ਹੈ ਨਹੀਂ, ਸ਼ਕਤੀ ਹੈ ਨਹੀਂ, ਉਹ ਜਿੱਧਰਲੇ ਪਾਸੇ ਸਾਰੀ ਸ਼ਕਤੀ ਸੀ ਉੱਥੇ ਡਾਂਗ ਸੋਟਾ ਸੀ। ਇਹਦਾ ਮਤਲਬ ਹੈ ਕਿ ਜਿੱਥੇ ਜਿੱਥੇ ਤਾਕਤ ਤੁਰਦੀ ਪੰਜਾਬ ਦੀ, ਜਿੱਥੇ ਜਿੱਥੇ ਸੱਤਾ ਤੁਰਦੀ ਹੈ, ਉੱਥੇ ਬੂਥ ਕੈਪਚਰਿੰਗ ਵੀ ਹੁੰਦੀ ਹੈ, ਉੱਥੇ ਡਾਂਗਾ ਸੋਟੇ ਵੀ ਚੱਲਦੇ ਆ, ਉੱਥੇ ਗੋਲੀਆਂ ਵੀ ਚੱਲਦੀਆਂ। ਕੈਂਡੀਡੇਟ ਤਾਂ ਇੱਥੇ ਵੀ ਸੀਗੇ, ਬੰਦੇ ਤਾਂ ਉਹਨਾਂ ਦੇ ਇੱਥੇ ਵੀ ਸੀ, ਪਰ ਇਹਨਾਂ ਨੇ ਦੇਖਿਆ ਕਿ ਭਾਈ ਤਾਕਤ ਹੈ ਨਹੀਂ ਕਾਹਨੂੰ, ਅਤੇ ਜਿੱਥੇ ਜਿੱਥੇ ਤਾਕਤ ਹੈ ਉੱਥੇ ਉੱਥੇ ਪੰਜਾਬ ਦੇ ਗਵਰਨਰਾਂ ਨੂੰ ਕਹਿੰਦੇ ਚੱਕ ਦਿਓ ਫੱਟੇ ਭਾਈ ਮੰਤਰੀ ਸਾਹਿਬ ਤੁਹਾਡੇ ਨਾਲ ਖੜੇ ਆ, ਚੱਕ ਦਿਓ ਫੱਟੇ ਇੱਕ ਭਾਈ MLA ਸਾਹਿਬ ਤੁਹਾਡੇ ਨਾਲ ਖੜੇ ਆ, ਕਿਹੜੀ ਗੱਲ ਹੈ ਇੱਦਾਂ ਦੀ? ਇਹਦਾ ਮਤਲਬ ਹੈ ਕਿ ਜਿਹੜੇ ਜਿਹੜੇ ਖਿੱਤੇ 'ਚ ਭੜਕ ਨੂੰ ਸੱਤਾ ਜਾਏਗੀ, ਇਹ ਅਲਾਮਤਾਂ, ਇਹ ਬਿਮਾਰੀਆਂ ਸਾਡੇ ਨਾਲ ਜਾਣਗੀਆਂ। ਦੁਆਬਾ ਬਿਲਕੁਲ ਸ਼ਾਂਤ ਰਿਹਾ, ਨਿੱਕੀਆਂ ਨਿੱਕੀਆਂ ਘਟਨਾਵਾਂ ਘਟੀਆਂ, ਕਿਸੇ ਨੇ ਕੰਪਲੇਂਟ ਵੀ ਨਹੀਂ ਕੀਤੀ ਕਿ ਭਾਈ ਇੱਥੇ ਕਿਸੇ ਬੂਥ ਦੇ ਉੱਤੇ ਦੁਬਾਰਾ ਵੋਟਾਂ ਪਾਓ। ਮਾਲਵਾ ਸੜਿਆ ਫਿਰਦਾ ਸੀ ਕੱਲ੍ਹ, ਮਾਝੇ ਦਾ ਇੱਕ ਇਲਾਕਾ ਸੜਿਆ ਫਿਰਦਾ ਸੀ ਕੱਲ੍ਹ, ਬਿਕਰਮ ਸਿੰਘ ਮਜੀਠੀਆ ਕਹਿੰਦੇ ਇੰਨਾ ਧੱਕਾ ਮੈਂ ਕਦੇ ਵੀ ਨਹੀਂ ਵੇਖਿਆ। ਉਹ ਤਾਂ ਅਦਾਲਤ ਜਾਣ ਦੀਆਂ ਗੱਲਾਂ ਕਰਦੇ ਹੁਣ, ਇਹਦਾ ਮਤਲਬ ਕਿ ਇੰਨਾ ਧੱਕਾ ਕਦੇ ਵੀ ਨਹੀਂ ਵੇਖਿਆ, ਤਾਂ ਮਤਲਬ ਕੁਝ ਕੁਝ ਤਾਂ ਵੇਖਿਆ ਹੋਣਾ ਨਾ ਪਿਛਲੇ 10 ਸਾਲਾਂ 'ਚ ਵੀ, ਜਿਹੜਾ ਤੁਸੀਂ ਇੰਨਾ ਹੁਣ ਵੱਧ ਨਹੀਂ ਕਦੇ ਵੇਖਿਆ। ਯਾਨੀ ਕਿ ਸਾਡੇ ਨਾਲੋਂ ਵੀ ਲੰਘ ਗਏ। ਚਲੋ ਖੈਰ, ਇਹ ਤਾਂ ਉਹੀ ਹੈ ਜੀ ਵੀ ਇੱਕ ਕਦਮ ਜੇ ਇੱਕ ਪਾਰਟੀ ਪੱਟਦੀ ਆ ਪੁੱਠੇ ਵਾਲੇ ਪਾਸੇ ਨੂੰ ਅਤੇ ਅਗਲੇ ਫਿਰ 4 ਪੱਟ ਕੇ ਵਿਖਾਉਂਦੇ ਨੇ, ਅਤੇ ਇਹਦੇ ਵਿੱਚ ਜੇ ਮੈਂ ਇਹ ਕਹਾਂ ਕਿ ਇਸ ਵਕਤ ਤੁਸੀਂ ਕਾਂਗਰਸ ਪਾਰਟੀ ਨੂੰ ਦੁੱਧ ਧੋਤਾ ਕਹਿ ਦਿਓ ਅਤੇ ਪਿਛਲੇ 10 ਸਾਲ ਆਪਾਂ ਅਕਾਲੀ ਭਾਜਪਾ ਦੇ ਦੇਖੇ ਜਾਈਏ, ਇੱਦਾਂ ਨਹੀਂ ਆ। ਜੇ ਆਪਾਂ ਮੁਲਕ ਦੀ ਵੰਡ ਅਤੇ ਆਜ਼ਾਦੀ ਤੋਂ ਬਾਅਦ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਰਾਜ ਇਸ ਮੁਲਕ ਦੇ ਵਿੱਚ ਕਾਂਗਰਸ ਪਾਰਟੀ ਨੇ ਕੀਤਾ, ਅਤੇ ਹੌਲੀ 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 ਜਾਚਾਂ ਤਾਂ ਉਹਨਾਂ ਨੇ ਬਾਕੀਆਂ ਨੂੰ ਸਿਖਾਈਆਂ ਨੇ। ਜਿਵੇਂ ਹੁਣ ਇਹਨਾਂ ਸਾਰਿਆਂ ਨੂੰ ਦੇਖਦਿਆਂ ਦੇਖਦਿਆਂ ਆਮ ਆਦਮੀ ਪਾਰਟੀ ਵਾਲੇ ਸਿੱਖਣਗੇ, ਹੋ ਸਕਦਾ 15 ਸਾਲਾਂ ਤੱਕ ਉਹ ਵੀ ਚੰਗੇ ਸਿਆਸਤਦਾਨ ਬਣ ਜਾਣ। ਅੱਛਾ, ਆਪਾਂ ਹੋਰ ਪਾਸੇ ਮੁੜੀਏ। ਉਹ ਗੱਲ ਇਹ ਹੈ ਕਿ ਕੱਲ੍ਹ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ, ਅਤੇ ਲੱਗਦਾ ਕਿ ਵੀ ਐਸਾ ਸਿਆਸੀ ਦਾਅ ਖੇਡ ਦਿੱਤਾ ਜਿਹਦੇ ਵਿੱਚ ਬਾਂਹ ਮਰੋੜ ਲਈ ਆ ਅਤੇ ਨਾਲ ਦੀ ਨਾਲ ਕੈਂਚੀ ਵੀ ਮਾਰ ਲਈ ਆ, ਅਤੇ ਹੁਣ ਲੱਗਦਾ ਕਿ ਵੀ ਜਿਹੜਾ ਰੇਡਰ ਹੈ ਨਿਕਲੂਗਾ ਨਹੀਂ, ਕਿਉਂਕਿ ਉਹਨਾਂ ਨੇ ਇਹ ਕਹਿ ਤਾ ਵੀ ਮੈਂ ਪਿੱਛੇ ਪਿੱਛੇ ਤੁਰਨ ਨੂੰ ਤਿਆਰ ਹਾਂ, ਬਸ ਇੱਕ ਵਾਰ ਸੁਖਬੀਰ ਸਿੰਘ ਬਾਦਲ ਸਾਹਿਬ ਮੋਦੀ ਸਾਹਿਬ ਕੋਲੋਂ ਫੋਨ ਕਰਾ ਦੇਣ ਪਾਕਿਸਤਾਨ ਨੂੰ।
ਕਿ ਨਵਜੋਤ ਸਿੰਘ ਸਿੱਧੂ ਵੀ ਸਿਆਸੀ ਗੱਲਾਂ ਕਰੀ ਜਾਂਦੇ, ਬੀਬੀ ਬਾਦਲ ਵੀ ਸਿਆਸੀ ਗੱਲਾਂ ਕਰੀ ਜਾਂਦੇ, ਏਡੇ ਵੱਡੇ ਮੁੱਦੇ ਨੂੰ ਬੀਬੀ ਬਾਦਲ ਤੇ ਨਵਜੋਤ ਸਿੱਧੂ ਦਾ ਮੁੱਦਾ ਬਣਾਤਾ ਗਿਆ ਸੀ ਜੀ, ਤੇ ਨਵਜੋਤ ਸਿੰਘ ਸਿੱਧੂ ਨੇ ਸੋਚਿਆ ਕਿ ਭਾਈ ਕੰਮ ਇਹਦਾ ਸੂਤ ਨਹੀਂ ਆਉਣਾ, ਉਹ ਕਹਿੰਦੇ ਕਿ ਮੈਂ ਸੁਖਬੀਰ ਸਿੰਘ ਬਾਦਲ ਦੇ ਪਿੱਛੇ ਤੁਰਨ ਨੂੰ ਤਿਆਰ ਹਾਂ, ਇਹ ਜਾਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਕੋਲ, ਉਹਨਾਂ ਤੋਂ ਕਰਵਾਉਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਟੈਲੀਫੋਨ ਕਿ ਅਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਚਾਹੁੰਦੇ ਹਾਂ ਅਤੇ ਤੁਸੀਂ ਇੱਧਰਲੇ ਪਾਸੇ ਸਾਡੇ ਨਾਲ ਕੋਪਰੇਟ ਕਰੋ, ਲਾਂਘਾ ਖੋਲ੍ਹ ਦਿਓ, ਅਤੇ ਜੇ ਕਹਿੰਦੇ ਉਹ ਟੈਲੀਫੋਨ ਕਰਾ ਦੇਣਗੇ, ਜੇ ਟੈਲੀਫੋਨ ਨਹੀਂ ਕਰਾ ਸਕਦੇ ਚਿੱਠੀ ਲਿਖਾ ਦੇਣ, ਚਿੱਠੀ ਭਿਜਵਾ ਦੇਣ ਉਹਨਾਂ ਨੂੰ, ਮੈਂ ਤਾਂ ਵੀ ਤਿਆਰ ਹਾਂ, ਅਤੇ ਜੇ ਇੰਨਾ ਕੰਮ ਕਰਾ ਦੇਣ ਇਮਰਾਨ ਖਾਨ ਵਾਲਾ ਸਾਰਾ ਕੰਮ ਮੈਂ ਕਰਾ ਲਿਓ। ਬਿਲਕੁਲ ਸਹੀ ਗੱਲ। ਅਤੇ ਜਦੋਂ ਇਹ ਕਹਿੰਦੇ ਕੰਮ ਹੋ ਜਾਏਗਾ ਅਤੇ ਮੈਂ ਸਾਰੀ ਉਮਰ ਘੱਟੋ ਘੱਟ ਇਸ ਮੁੱਦੇ 'ਤੇ ਆਪ ਲੋਕਾਂ ਨੂੰ ਆਖੂੰਗਾ ਕਿ ਇਹ ਕੰਮ ਨਵਜੋਤ ਸਿੱਧੂ ਨੇ ਨਹੀਂ, ਇਹ ਕੰਮ ਸੁਖਬੀਰ ਬਾਦਲ ਨੇ ਕਰਾਇਆ ਅਤੇ ਤੁਸੀਂ ਉਹਦੇ ਸਿਰ ਸਿਰਾ ਬਣੋ। ਬਿਲਕੁਲ ਸਹੀ ਹੈ। ਹੁਣ ਇਹ ਵੱਡਾ ਦਾਅ ਸੀਗਾ। ਅੱਛਾ, ਇੱਥੇ ਇੱਕ ਚੀਜ਼ ਜਿਹੜੀ ਕੱਲ੍ਹ ਦੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਫਿਰਦੀ ਉਹ ਇਹ ਹੈ ਕਿ ਕੈਲਾਸ਼ ਮਾਨਸਰੋਵਰ ਦੀ ਆਪਾਂ ਗੱਲ ਕਰਦੇ ਹਾਂ, ਚਾਈਨਾ ਨੇ ਉਹਦੇ ਲਈ ਰਸਤਾ ਦਿੱਤਾ। ਹੁਣ ਚਾਈਨਾ ਦੇ ਨਾਲ ਆਪਣੇ ਕਿੰਨੇ ਕੁ ਸੰਬੰਧ ਸੁਖਾਵੇਂ, ਇਹ ਵੀ ਸਾਰਿਆਂ ਨੂੰ ਪਤਾ ਹੈ ਨਾ, ਰੋਜ਼ ਉੱਥੇ ਇੰਡੋ ਚਾਈਨਾ ਜਿਹੜੀ ਹੈਗੀ ਆ ਸਰਹੱਦ ਉੱਤੇ ਕੀ ਕੁਛ ਚੱਲਦਾ, ਕਦੀ ਉਹ 20 ਕਿਲੋਮੀਟਰ ਅੰਦਰ ਆ ਗਏ, ਕਦੀ ਕਿਤੇ ਆ ਗਏ, ਹੈ ਨਾ, ਇਹ ਸਾਰੇ ਕੁਛ ਦੇ ਵਿੱਚ ਫਿਰ ਵੀ ਉਹ ਰਸਤਾ ਚੱਲ ਰਿਹਾ। ਪਰ ਪਾਕਿਸਤਾਨ ਵਾਲੇ ਪਾਸੇ ਜਿਹੜਾ ਉਹ ਅਜੇ ਵਿਚਾਰਾਂ ਚਿੱਠੀਆਂ ਤੱਕ ਆ ਰਹੀਆਂ ਨੇ, ਕੋਈ ਪ੍ਰਪੋਜ਼ਲ ਆਏਗਾ, ਇਹਨੂੰ ਫਿਰ ਰੰਗਤ ਦਿੱਤੀ ਜਾ ਰਹੀ ਉਸੇ ਤਰ੍ਹਾਂ ਦੀ ਕਿ ਸ਼ਾਇਦ ਸਿੱਖਾਂ ਨੂੰ ਜਿਹੜਾ ਹੈ ਉਹਨਾਂ ਦੀ ਜਿਹੜੀ ਮੰਗ ਹੈ ਉਹ ਪੂਰੀ ਨਹੀਂ ਕੀਤੀ ਜਾ ਰਹੀ ਭਾਰਤ ਸਰਕਾਰ ਵੱਲੋਂ। ਇਹ ਕਿਉਂਕਿ ਜਿਹੜਾ ਬੰਦੇ ਜਿਹੜਾ ਤਬਕਾ ਇਹ ਵਿਸ਼ਵਾਸ ਕਰਦਾ ਕਿ ਵੀ ਨਹੀਂ ਸਿੱਖਾਂ ਨੂੰ ਉਸ ਤਰ੍ਹਾਂ ਦੇ ਸ਼ਹਿਰੀ ਮੰਨਿਆ ਜਾਂਦਾ, ਉਹਨਾਂ ਨੇ ਵਾਕਈ ਇਸ ਮੰਗ ਨੂੰ ਇਹ ਵਾਲੀ ਰੰਗਤ ਦੇਣੀ ਸ਼ੁਰੂ ਕਰ ਦਿੱਤੀ ਹੈ। ਤੁਸੀਂ ਕੀ ਸਮਝਦੇ ਹੋ ਸੰਧਾ ਵਾਲੀਆ ਸਾਹਿਬ? ਦੇਖੋ, ਸਾਨੂੰ ਨਾ ਥੋੜ੍ਹੀ ਜਿਹੀ ਛੋਟੀ ਸੋਚ ਤੋਂ ਹੌਲੀ ਹੌਲੀ ਉੱਪਰ ਉੱਠਣਾ ਪਊਗਾ, ਖਾਸ ਤੌਰ 'ਤੇ ਸਾਡੇ ਲੀਡਰਾਂ ਨੂੰ ਜੀ। ਉਹ ਜਿਹੜੀ ਯਾਤਰਾ ਨਾ, ਉਹਨੂੰ ਇਸ ਯਾਤਰਾ ਦੇ ਨਾਲ ਮਿਲ ਕੇ ਨਾ ਵੇਖੀ, ਉੱਥੇ ਕਿਸੇ ਭਾਈਚਾਰੇ ਦੇ ਲੋਕ ਜਾਂਦੇ ਆ ਭਾਈ, ਕਿਤੇ ਉਹ ਵੀ ਨਾ ਬੰਦ ਕਰਾ ਬੈਠੀ ਗੱਲ ਨੂੰ, ਕਿ ਕੋਈ ਇੱਕ ਲਹਿਰ ਜੀ ਖੜੀ ਹੋ ਜਾਏ, ਇੱਕ ਬਹੁਤ ਵੱਡੀ ਕੋਈ ਵਿੱਥ ਪੈ ਜਾਏ, ਇੱਦਾਂ ਨਹੀਂ ਕਰਨੀ ਚਾਹੀਦੀ। ਦੂਸਰੀ ਗੱਲ ਜਿਹੜੀ ਇੱਥੇ ਮੈਨੂੰ ਲੱਗਦੀ ਹੈ, ਉਹ ਗੱਲ ਇਹ ਹੈ ਕਿ ਉੱਧਰੋਂ ਕਿਸੇ ਨੇ ਵਿਰੋਧ ਨਹੀਂ ਕੀਤਾ ਅੱਜ ਤੱਕ, ਜਿਹੜਾ ਭਾਈਚਾਰਾ ਉੱਥੇ ਜਾਂਦਾ ਨਾ ਮੱਥਾ ਟੇਕਣ, ਉਹਨਾਂ ਦੇ ਇੱਕ ਵੀ ਲੀਡਰ ਨੇ ਇਹ ਨਹੀਂ ਕਿਹਾ ਕਿ ਫਲਾਨਾ ਲੀਡਰ ਆ ਕਹੀ ਜਾਂਦਾ, ਇੱਦਾਂ ਨਹੀਂ। ਸਾਡੇ ਤਾਂ ਇੱਥੇ ਆਪਣੇ ਵਿਰੋਧ ਕਰਦੇ ਆ ਜੀ, ਜਿਨ੍ਹਾਂ ਨੇ ਵਾਜਪਾਈ ਸਾਹਿਬ ਦੀ ਸਰਕਾਰ ਸੀ, ਵਾਜਪਾਈ ਸਾਹਿਬ ਦੀ ਸਰਕਾਰ ਦੇ ਵੇਲੇ ਅਕਾਲੀ ਦਲ ਬਾਦਲ ਉਹਦੇ ਵਿੱਚ ਹੀ ਸੀ, ਵਾਜਪਾਈ ਸਾਹਿਬ ਪਾਕਿਸਤਾਨ ਵੀ ਗਏ, ਕਦੇ ਇਹਨਾਂ ਨੇ ਮੰਗਾਂ ਦੇ ਵਿੱਚ ਆਪਣੀ ਇਹ ਮੰਗ ਪਵਾਈ ਉਸ ਵੇਲੇ ਕਿ ਭਾਈ ਤੁਸੀਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮਨਜ਼ੂਰੀ ਉੱਥੋਂ ਵਾਜਪਾਈ ਸਾਹਿਬ ਲੈ ਕੇ ਹੀ ਆਇਓ। ਮੋਦੀ ਸਾਹਿਬ ਗਏ ਅਫਗਾਨਿਸਤਾਨ ਤੋਂ ਆਉਂਦੇ ਹੋਏ, ਬਰਾਚ ਬ੍ਰੇਕ ਮਰਵਾਈ, ਉੱਥੋਂ ਆ ਕੇ ਨਵਾਜ਼ ਸ਼ਰੀਫ ਸਾਹਿਬ ਨੂੰ ਮਿਲ ਕੇ ਭਾਰਤ ਵਾਪਸ ਆਏ, ਉਦੋਂ ਹੀ ਚੱਲ ਜਾਂਦੇ ਇੱਕ ਬਾਬਦ ਲੈ ਕੇ, ਹੁਣ ਤੱਕ ਮੋਦੀ ਸਾਹਿਬ ਤੁਹਾਡੀਆਂ ਗੱਲਾਂ ਸ਼ਰੀਫ ਸਾਹਿਬ ਸਿੱਧੀਆਂ ਸੁਣਦੇ, ਇੱਕ ਟੈਲੀਫੋਨ ਸਾਡੇ ਲਾਂਘੇ ਦਾ ਵੀ ਕਰ ਦਿਓ। ਡਾਕਟਰ ਮਨਮੋਹਨ ਸਿੰਘ ਹੋਰੀ ਪ੍ਰਧਾਨ ਮੰਤਰੀ ਰਹੇ, ਉਹਨਾਂ ਦੇ ਨਾਲ ਬਹੁਤ ਸਾਰੇ ਸਿੱਖ ਬੰਦੇ ਵੀ ਕੰਮ ਕਰਦੇ ਸੀ ਕਾਂਗਰਸ ਦੇ, ਕਾਂਗਰਸ ਦੇ ਸਿੱਖ ਭਾਈਚਾਰੇ ਨੇ ਉਦੋਂ ਇਹ ਮੰਗ ਉਭਾਰੀ, ਉਭਾਰਨੀ ਚਾਹੀਦੀ ਸੀ। ਇਹ ਗੱਲਾਂ ਜਿਹੜੀਆਂ ਨੇ ਨਾ, ਇਹ ਸਾਡੇ ਆਪਣੇ ਬੰਦਿਆਂ ਨੇ, ਇਹ ਨਹੀਂ ਵੇਖਿਆ ਕਿ ਸਾਨੂੰ ਲਾਂਘਾ ਜ਼ਰੂਰੀ ਹੈ, ਉਹਨਾਂ ਇਹ ਵੇਖਿਆ ਕਿ ਸਾਡੇ ਮੱਥੇ 'ਤੇ ਸਿਹਰਾ ਜ਼ਰੂਰੀ ਹੈ, ਉਹਨਾਂ ਨੇ ਤਾਂ ਮੇਖਾਂ ਗੜਾ ਲਈਆਂ ਇੱਥੇ ਕਿ ਭਾਈ ਸਿਹਰਾ ਬੰਨਣਾ ਵੀ ਪੈਣਾ, ਅਤੇ ਜਦੋਂ ਤੱਕ ਅਸੀਂ ਸਿਹਰਿਆਂ ਦੀ ਸਿਆਸਤ 'ਚੋਂ ਨਹੀਂ ਨਿਕਲਦੇ ਨਾ, ਸਾਨੂੰ ਕਿਸੇ ਦੂਸਰੇ ਦੀ ਯਾਤਰਾ ਦੇ ਉੱਤੇ ਮੈਨੂੰ ਲੱਗਦਾ ਇਤਰਾਜ਼ ਨਹੀਂ ਕਰਨਾ ਚਾਹੀਦਾ। ਭਲਾ ਮੰਗੋ ਕਿ ਚੀਨ ਵਾਲੇ ਕਦੇ ਬੰਦ ਨਾ ਕਰਨ, ਭਲਾ ਮੰਗੀਏ ਕਿ ਕੁਦਰਤੀ ਕਰੋਪੀ ਨਾ ਆਵੇ, ਕੋਈ ਢਿੱਗਾ ਨਾ ਡਿੱਗਣ, ਉਹ ਵੀ ਆਰਾਮ ਨਾਲ ਯਾਤਰਾ ਕਰਕੇ ਵਾਪਸ ਆਉਣ, ਅਤੇ ਸਾਨੂੰ ਵੀ ਇੱਧਰ ਲਾਂਘਾ ਜਿਹੜਾ ਮਿਲੇ। ਅਸਲ ਦੇ ਵਿੱਚ ਖਿੱਤਾ ਹੀ ਇੱਦਾਂ ਦਾ, ਉੱਧਰਲੇ ਪਾਸੇ ਨਸ਼ਾ ਨੁਸ਼ਾ ਵੀ ਨਹੀਂ ਆਉਂਦਾ, ਉੱਧਰਲੇ ਪਾਸੇ ਪੱਧਰੀ ਜ਼ਮੀਨ ਵੀ ਹੈ ਨਹੀਂ, ਉੱਧਰਲੇ ਪਾਸੇ ਇਸ ਤਰੀਕੇ ਦੇ ਬੈਰੀਕੇਡ ਵੀ ਨਹੀਂ ਲੱਗੇ, ਅਤੇ ਕੰਡਿਆਲੀ ਤਾਰ ਵੀ ਨਹੀਂ ਲੱਗੀ, ਧਰਾਤਲੀ ਸਥਿਤੀਆਂ ਦਾ ਇਹ ਬਹੁਤ ਫਰਕ ਹੈ। ਚੀਨ ਦੇ ਨਾਲ ਸਾਡੇ ਸੰਬੰਧ ਕੁਝ ਹੋਰ ਤਰ੍ਹਾਂ ਦੇ ਹੈ, ਚੀਨ ਦੇ ਨਾਲ ਇੱਧਰ ਪਾਕਿਸਤਾਨ ਦੇ ਨਾਲ ਸੰਬੰਧ ਕੁਝ ਹੋਰ ਤਰ੍ਹਾਂ ਦੇ, ਬਾਕੀ ਬਹੁਤੀਆਂ ਗੱਲਾਂ ਜਦੋਂ ਘਰ ਦੇ ਭੇਤੀ ਲੰਕਾ ਢਾਉਣ ਲੱਗ ਪੈਣਾ ਤਾਂ ਫਿਰ ਆ ਕੋਲੇ ਕੋਲੇ ਬਚਦੇ ਨਹੀਂ ਹੁੰਦੇ। ਬਿਲਕੁਲ ਸਹੀ ਗੱਲ। ਸੋ ਰੌਲਾ ਜਿਹੜਾ ਜੀ, ਇਹਨੂੰ ਇਹ ਸਿਆਸਤ ਦੀ ਰੰਗਤ ਜਿਹੜੀ ਆ ਉਹ ਜੀ ਸਦਕੇ ਦਿੱਤੀ ਜਾਵੇ, ਧਾਰਮਿਕ ਕੱਟੜਪੰਥੀ ਵਾਲੀ ਰੰਗਤ ਜਿਹੜੀ ਹੈ ਉਹ ਵੀ ਆਪਾਂ ਦੇ ਸਕਦੇ ਹਾਂ, ਪਰ ਜਿੱਦਾਂ ਬਾਠ ਸਾਹਿਬ ਨੇ ਕਿਹਾ ਕਿ ਉਹਦੇ ਨਾਲ ਨੁਕਸਾਨ ਹੀ ਹੈ, ਫਾਇਦੇ ਵਾਲੀ ਗੱਲ ਕੋਈ ਨਹੀਂ ਹੈਗੀ, ਕਿਉਂਕਿ ਦੇਖਿਆ ਜ਼ਰੂਰ ਜਾਣਾ ਚਾਹੀਦਾ ਕਿ ਜਿਹੜੇ ਬੰਦਿਆਂ ਦੇ ਹੱਥ ਵਸ ਤਾਕਤਾਂ ਰਹੀਆਂ ਨੇ ਅੱਜ ਵੀ, ਇਸ ਤੋਂ ਪਿੱਛੇ ਵੀ ਅਤੇ ਉਸ ਤੋਂ ਵੀ ਪਹਿਲਾਂ, ਉਹਨਾਂ ਨੇ ਇਹਦੇ ਲਈ ਕੀ ਕੀਤਾ, ਅੱਜ ਚਾਹੇ ਜੋ ਮਰਜ਼ੀ ਨੰਬਰਦਾਰੀ ਕਰਨ ਦੇ ਲਈ ਆਖੀ ਜਾਵੇ। ਅੱਛਾ, ਇੱਕ ਗੱਲ ਆਪਾਂ ਜ਼ਰੂਰ ਕਰਨੀ ਆ, ਉਹ ਇਹ ਕਰਨੀ ਹੈ ਜੀ ਵੀ ਅੱਜ ਸੁੱਖ ਨਾਲ ਕੁਰਸੀਆਂ ਡਹਿਣੀਆਂ ਨੇ ਅਤੇ ਦੁਬਾਰਾ ਪੋਚਵੀਆਂ ਪੱਗਾਂ ਬੰਨ ਕੇ ਅਤੇ ਸੁੱਖ ਨਾਲ ਪੰਜਾਬ ਸਰਕਾਰ ਦੇ ਮੰਤਰੀ ਸਾਹਿਬਾਨਾਂ ਨੇ ਬਹਿਣਾ, ਮੰਤਰੀ ਮੰਡਲ ਦੀ ਬੈਠਕ ਹੋਣੀ ਹੈ, ਅਤੇ ਉਹਦੇ ਵਿੱਚ ਕਹਿੰਦੇ ਕਿ ਕੁਝ ਕੁ ਮੁੱਦੇ ਨੇ ਜਿਹੜੇ ਵਿਚਾਰਨ ਵਾਲੇ ਆ, ਖਾਸ ਕਰਕੇ ਕਹਿੰਦੇ ਰੇਤ ਬਜਰੀ ਵਾਲਾ ਜਿਹੜਾ ਮੁੱਦਾ ਸੀਗਾ ਉਹਦੇ 'ਤੇ ਵੀ ਸ਼ਾਇਦ ਕੁਛ ਨਾ ਕੁਛ ਮਸਲਾ ਹੱਲ ਹੋ ਜਾਵੇ। ਇਸ ਤੋਂ ਇਲਾਵਾ ਕਾਨੂੰਨੀ ਸਲਾਹਕਾਰ ਜਿਹੜੇ ਨੇ ਉਹਨਾਂ ਦੇ ਥੋੜ੍ਹੇ ਜਿਹੇ ਮੇਰੇ ਖਿਆਲ ਨਾਲ ਇਸ ਵਾਰ ਕੰਨ ਖਿੱਚਣ ਦੀ ਕੋਸ਼ਿਸ਼ ਕਰੂਗਾ ਮੰਤਰੀ ਮੰਡਲ, ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਜਦੋਂ ਵੀ ਕੇਸ ਕਿਸੇ ਅਦਾਲਤ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕੋਈ ਹੁੰਦਾ ਸੀਗਾ ਜਾਂ ਇਹਨਾਂ ਨੇ ਉੱਥੇ ਪਹੁੰਚਣਾ ਹੁੰਦਾ ਸੀ, ਵਕੀਲ ਸਾਹਿਬ ਲੱਭਦੇ ਨਹੀਂ ਸੀ ਜੀ, ਇਹ ਸਾਰੇ ਕੁਛ ਨੂੰ ਕਿਵੇਂ ਦੇਖਦੇ ਆ? ਥੋੜ੍ਹੇ ਆ ਨਾ, 200 ਹੀ ਬੰਦਾ ਸਾਰਾ, ਹਾਂ ਜਿਹੜੇ
ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਉੱਥੇ ਗਿਆ ਹੀ ਨਾ, ਅੱਜ ਉਹਨਾਂ ਦੀ ਸੁਣਵਾਈ ਹੈ, ਅੱਜ ਸੁਣਵਾਈ ਹੈ। ਹੁਣ ਹਾਈਕੋਰਟ ਕਿਤੇ ਬਹੁਤ ਦੂਰ ਹੈ, ਸਾਰੀ ਸਰਕਾਰ ਸਾਡੀ ਚੰਡੀਗੜ੍ਹ 'ਚ ਬੈਠੀ ਹੈ, ਹਾਈਕੋਰਟ ਵੀ ਤਾਂ ਮੋਢੀ ਹੈ, ਅਤੇ ਹਾਈਕੋਰਟ ਨੇ ਇੱਦਾਂ ਵੀ ਨਹੀਂ ਕਿ ਕਿਤੇ ਇਹਨਾਂ ਦੀ ਗੱਲ ਸੁਣਿਓ ਬਿਨਾਂ ਜਾਂ ਸੁਣਿਆ ਭੇਜਿਓ ਬਿਨਾਂ ਹੀ ਉਹਨਾਂ ਨੂੰ ਛੋੜ ਦਿੱਤੀ। ਇਹ ਗਏ ਨਹੀਂ ਉੱਥੇ। ਇਹ ਇੱਕ ਬਹੁਤ ਵੱਡੀ ਅਸਫਲਤਾ ਸੀ ਜਿਹੜੀ ਅਸਫਲਤਾ ਦੇ ਕਰਕੇ ਜਿੰਨੀ ਭੱਲ ਕੈਪਟਨ ਸਰਕਾਰ ਦੀ ਬਣੀ ਸੀ ਨਾ, ਕਿ ਇਹਨਾਂ ਨੇ ਬੜੀ ਛੇਤੀ ਕਮਿਸ਼ਨ ਦੀ ਰਿਪੋਰਟ ਆਈ ਅਤੇ ਪੇਸ਼ ਵੀ ਕਰਤੀ, ਉਹਦੇ ਵਿੱਚੋਂ ਅੱਧੀ ਜਿਹੜੀ ਅਖੇ ਖਰਾਬ ਕਰਤੀ। ਦੂਸਰੇ ਪਾਸੇ ਅੱਜ ਜਦੋਂ ਬਰਗਾੜੀ ਕਾਂਡ ਦੇ ਵਿੱਚ ਇੱਕ ਮਹਿੰਦਰਪਾਲ ਬਿੱਟੂ ਹਿਮਾਚਲ ਤੋਂ ਲੱਭ ਕੇ ਲਿਆਂਦਾ ਸੀ ਕਿ ਭਾਈ ਤੂੰ ਉੱਥੇ ਕਰਿਆਨੇ ਦੀ ਰੇਹੜੀ ਜੀ ਲਾ ਕੇ ਬੈਠਾ, ਆ ਤਾਂ ਇੱਧਰ ਜਰਾ, ਬੜੀ ਵੱਡੀ ਪ੍ਰਾਪਤੀ ਲੱਗਦੀ ਸੀ ਉਸ ਵੇਲੇ ਕਿ ਭਾਈ ਬੰਦੇ ਫੜ ਲੈ, ਜਿਹੜੇ ਬਾਦਲ ਸਾਹਿਬ ਦੀ ਸਰਕਾਰ ਤੋਂ ਫੜਨਾ ਹੋਏ ਉਹ ਬੰਦੇ ਫੜ, ਬਾਅਦ 'ਚੋਂ ਜ਼ਮਾਨਤਾਂ ਲੈ ਕੇ ਪਹਿਲਾਂ ਚਲੇ ਗਏ। ਉੱਥੇ ਭਾਵੇਂ ਚਲੋ ਕੇਸ CBI ਦੇ ਕੋਲ ਵੀ ਸੀ, ਪਰ ਪੰਜਾਬ ਸਰਕਾਰ ਦੇ ਇਸ ਕਾਨੂੰਨੀ ਵਿੰਗ ਦੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ ਸੀ। ਹੁਣ ਜੇ ਅਸੀਂ 200 ਬੰਦਾ ਭਰਤੀ ਕੀਤਾ, ਉਹ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਵਿੱਚੋਂ ਤਨਖਾਹ ਲੈਂਦਾ ਤਾਂ ਕੰਮ ਵੀ ਕਰੇ ਨਾ, ਅਤੇ ਅੱਜ ਲੱਗਦਾ ਹੈ ਕਿ ਕੁਝ ਨਾ ਕੁਝ ਉਹਨਾਂ ਦੇ ਪਰ ਕੁਤਰੇ ਵੀ ਜਾਣਗੇ, ਉਹਨਾਂ ਨੂੰ ਨਸੀਹਤਾਂ ਵੀ ਦਿੱਤੀਆਂ ਜਾਣਗੀਆਂ ਕਿ ਭਾਈ ਭਵਿੱਖ ਦੇ ਵਿੱਚ ਜੇ ਪੰਜਾਬ ਸਰਕਾਰ ਦਾ ਕੋਈ ਕੇਸ ਕਮਜ਼ੋਰ ਹੈ ਤਾਂ ਵੇਖ ਲਿਓ। ਇਹ ਕੋਈ ਪਹਿਲੀ ਗੱਲ ਨਹੀਂ ਹੈ, ਅਸੀਂ ਹਮੇਸ਼ਾ ਖਤਾ ਹੀ ਇੱਥੇ ਖਾਧੀ ਹੈ। ਸਾਡਾ ਪਾਣੀਆਂ ਦਾ ਰੌਲਾ ਹਰਿਆਣੇ ਨਾਲ ਸੀ, ਹਰਿਆਣੇ ਵਾਲੇ ਪੂਰੀ ਫੌਜ ਦੀ ਫੌਜ ਵਕੀਲਾਂ ਦੀ ਭੇਜਦੇ ਸੀ, ਸੀਨੀਅਰ ਵਕੀਲ, ਕਿ ਭਾਈ ਕਿਤੇ ਕੇਸ ਕਮਜ਼ੋਰ ਨਾ ਹੋਵੇ। ਅਸੀਂ ਇੱਕ ਬੰਦਾ ਭੇਜਣਾ, ਉਹ ਵੀ ਕਦੇ ਹਰਿਆਣੇ ਨਾਲ ਸੰਬੰਧਿਤ ਰਿਹਾ ਹੁੰਦਾ ਸੀ, ਅਤੇ ਉਸ ਇੱਕ ਬੰਦੇ ਨੇ ਸਾਡਾ ਕਿੰਨਾ ਕੁ ਪੱਖ ਪੂਰਨ, ਉਹਦੇ ਨਾਲ ਕੋਈ ਸਹਾਇਕ ਵੀ ਨਹੀਂ ਸੀ ਲਾਇਆ ਕਿ ਭਾਈ ਤੂੰ ਇਹਨੂੰ ਹੋਮਵਰਕ ਹੀ ਕਰਾ ਦੇ। ਅਸੀਂ ਸ਼ੁਰੂ ਤੋਂ ਹੀ ਟੇਬਲ ਟਾਕ ਅਤੇ ਅਦਾਲਤਾਂ ਦੇ ਵਿੱਚ ਬਹਿਸ ਅਤੇ ਮਾਰ ਖਾਂਦੇ ਆਏ ਹਾਂ, ਅਤੇ ਅੱਜ ਤੱਕ ਅਸੀਂ ਉਹ ਕੱਲ੍ਹ ਤੋਂ ਕਦੇ ਸਬਕ ਹੀ ਨਹੀਂ ਸਿੱਖਿਆ। ਬਾਕੀ ਤੁਸੀਂ ਮੰਤਰੀ ਮੰਡਲ ਦਾ ਜ਼ਿਕਰ ਕੀਤਾ, ਗੰਨਾ, ਝੋਨਾ, ਰੇਤਾ ਅਤੇ ਬਜਰੀ ਅਤੇ ਖੇਡ, ਇਹ ਪੰਜ ਮੁੱਦੇ ਅੱਜ ਵਿਚਾਰੇ ਜਾ ਸਕਦੇ ਆ। ਹੋ ਸਕਦਾ ਕੋਈ ਇਹਨਾਂ ਦੇ ਵਿੱਚੋਂ ਛੱਡ ਵੀ ਦੇਣ। ਹੁਣ ਗੰਨੇ ਦਾ 700 ਕਰੋੜ ਰੁਪਇਆ ਦੇਣ ਵਾਲਾ, ਰੇਲਾਂ ਪੰਜਾਬ ਦੇ ਕਿਸਾਨ ਰੋਕਣ ਲੱਗ ਪਏ, ਮਹੀਨਾ ਮਸੀਂ ਇੱਕ ਰਹਿ ਗਿਆ, ਦੁਬਾਰਾ ਗੰਨਾ ਜਿਹੜਾ ਨਾ ਉਹ ਪੰਜਾਬ ਦੇ ਕਿਸਾਨ ਦਾ ਮਿੱਲਾਂ 'ਚ ਜਾਣ ਲੱਗ ਪੈਣਾ। ਬਿਲਕੁਲ ਸਹੀ, ਪਿਛਲੇ ਪੈਸੇ ਦਿੱਤੇ ਨਹੀਂ। ਹੁਣ ਸਾਡੀਆਂ ਸਰਕਾਰਾਂ ਇਹ ਗੱਲ ਕਿਉਂ ਨਹੀਂ ਸੋਚਦੀਆਂ ਕਿ ਗੰਨੇ ਦੀ ਇੱਕੋ ਇੱਕ ਫਸਲ ਐਸੀ ਜਿਹੜੀ ਪੂਰਾ ਸਾਲ ਲੈਂਦੀ ਹੈ, ਫਿਰ ਕਿਤੇ ਜਾ ਕੇ ਮਿਲ ਜਾਂਦੀ ਹੈ, ਇੱਕ ਸਾਲ ਲੱਗਦਾ ਪੂਰਾ। ਤੁਸੀਂ ਪਹਿਲਾਂ ਗੰਨੇ ਦਾ ਬੀਜ ਲਾਉਂਗੇ ਕਿਤਿਓਂ, ਫਿਰ ਗੰਨੇ ਲਈ ਖੇਤ ਤਿਆਰ ਕਰੋਗੇ, ਡੀਜ਼ਲ ਪੈਟਰੋਲ ਫੂਕੋਗੇ, ਫਿਰ ਤੁਸੀਂ ਮਜ਼ਦੂਰ ਲਿਆ ਕੇ ਗੰਨਾ ਬੀਜੋਗੇ, ਵੱਡਾ ਕਰੋਗੇ, 2-4 ਵਾਰੀ ਬੰਨਣਾ ਪੈਂਦਾ, ਦਵਾਈਆਂ, ਰੇਹਾਂ, ਸਪਰੇਆਂ ਸਭ ਕੁਝ ਪਾਉਣਾ ਪੈਂਦਾ, ਫਿਰ ਛਿੱਲੋਗੇ, ਟਰਾਲੀ 'ਚ ਲੱਦੋਗੇ, ਮਿਲ 'ਚ ਲਿਜਾਓਗੇ, ਤਾਂ ਅਗਲੇ ਕਹਿੰਦੇ ਪੈਸੇ ਅਗਲੇ ਸਾਲ ਵੀ। ਬਿਲਕੁਲ ਸਹੀ, ਉਹ 2 ਸਾਲ ਕੰਮ ਕਿਵੇਂ ਚਲਾਊਗਾ? ਹੁਣ ਝੋਨਾ ਜਿਹੜਾ ਉਹਦੇ ਲਈ ਪੈਸੇ ਮੰਗਦੇ ਆ ਕੇਂਦਰ ਸਰਕਾਰ ਤੋਂ ਕਿ ਭਾਈ ਝੋਨੇ ਦੇ ਪੈਸੇ ਅਸੀਂ ਵੇਲੇ ਸਿਰ ਦੇਣੇ, ਕਿਉਂਕਿ ਲੋਕ ਸਭਾ ਦੀ ਚੋਣ ਦਾ ਕੀ ਪਤਾ ਕਿਹੜੇ ਵੇਲੇ ਆ ਜਾਣੀ। ਉਹ ਝੋਨੇ ਦੇ ਪੈਸੇ ਦੇ ਲਈ ਕੇਂਦਰ ਸਰਕਾਰ ਨੇ ਜਵਾਬ ਕਿੱਦਾਂ ਦਾ ਦਿੱਤਾ? ਖੇਡ ਨੀਤੀ ਦੇ ਪੱਖ ਤੋਂ ਵਜ਼ੀਅਤ ਬਹੁਤ ਹੋਈ ਸੀ ਕਿ ਭਾਈ 2-3 ਕਰੋੜ ਰੁਪਇਆ ਤੁਹਾਡੇ ਗੁਆਂਢੀ ਦੇਈ ਜਾਂਦੇ, ਤੁਸੀਂ ਕਿੰਨਾ ਕੁ ਦੇਣਾ? ਵਿਚਾਰਾਂ ਹੋਣਗੀਆਂ ਜ਼ਰੂਰ, ਪਰ ਉੱਥੇ ਮੰਨੀ ਕਿਹਦੀ ਜਾਂਦੀ ਹੈ ਅਤੇ ਕਿਹਦੀ ਨਹੀਂ ਅੱਜ ਸ਼ਾਮ ਤੱਕ ਪਤਾ ਲੱਗਣਾ। ਬਿਲਕੁਲ ਸਹੀ ਗੱਲ, ਸੋ ਇਹ ਬੜਾ ਜ਼ਰੂਰੀ ਹੈ ਜੀ ਇਸ ਵਕਤ ਮੁੱਦਾ। ਮੈਂ ਦੱਸਦਾ ਆਪਣੇ ਦਰਸ਼ਕਾਂ ਨੂੰ, ਤੁਸੀਂ ਇਸ ਵਕਤ ਦੇਖ ਰਹੇ ਹੋ ਪ੍ਰਾਈਮ ਫੋਕਸ, ਪ੍ਰਾਈਮ ਏਸ਼ੀਆ TV 'ਤੇ, ਅਤੇ ਇਹ ਜੋ ਕੁਝ ਵੀ ਹੈਗਾ ਇਹਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਵੀ ਸਿਰ ਜੋੜ ਕੇ ਬੈਠਣਾ ਪਏਗਾ, ਮੰਤਰੀ ਸਾਹਿਬਾਨਾਂ ਨੂੰ ਵੀ ਬੈਠਣਾ ਪਏਗਾ ਕਿ ਠੀਕ ਹੈ ਆ ਜੋ ਪਿਛਲੇ ਦਿਨਾਂ ਦੇ ਵਿੱਚ ਮਹੀਨਾ ਕੁ ਰੌਲਾ ਰੱਪਾ ਪਾਉਣਾ ਸੀ ਪਾ ਲਿਆ, ਗਾਹ ਹੁਣ ਸਰਪੰਚੀ ਦੀਆਂ ਇਲੈਕਸ਼ਨਾਂ 'ਚ ਫਿਰ ਪੈਣਾ, ਚਲੋ ਉੱਧਰ ਵੀ ਜੀ ਸਦਕੇ ਪਾਓ, ਪਰ ਜਿਸ ਚੀਜ਼ ਦੇ ਲਈ ਪੰਜਾਬ ਦੇ ਲੋਕਾਂ ਨੇ 2017 ਦੇ ਵਿੱਚ ਚੁਣਿਆ ਸੀਗਾ, ਉਸ ਵਾਲੇ ਪਾਸੇ ਆਪਾਂ ਧਿਆਨ ਜ਼ਰੂਰ ਦਈਏ, ਤਾਂ ਜੋ 2022 ਦੇ ਵਿੱਚ, 22 ਤੱਕ ਆਹਦਾ 21 ਹੀ ਰੌਲਾ ਪੈ ਜਾਣਾ, ਉਹਦਾ ਜਿਹੜਾ ਰੌਲਾ ਹੈਗਾ ਉਦੋਂ ਆਪਾਂ ਘੱਟੋ ਘੱਟ ਲੋਕਾਂ ਨੂੰ ਜਵਾਬ ਦੇ ਹੋ ਸਕੇ ਵੀ ਭਾਈ ਪਿਛਲੇ ਸਾਲਾਂ ਦੇ ਵਿੱਚ ਅਸੀਂ ਆਹ ਕੁਛ ਕਰ ਦਿੱਤਾ। ਅਤੇ ਬਾਕੀ ਜਿਹੜੀਆਂ ਗੱਲਾਂ ਉਦੋਂ ਪਿੱਛੇ ਜੇ ਵੀ ਚੱਲੀਆਂ ਸੀ ਵੀ ਮੋਦੀ ਸਰਕਾਰ ਤਾਂ ਅੱਗੇ ਸਕੀਮਾਂ ਲਾਉਂਦੀ ਫਿਰਦੀ ਵੀ ਕਿਹਨੂੰ ਕਿਹਨੂੰ ਠੇਬੀ ਲਾ ਕੇ ਸਾਈਡ 'ਤੇ ਕਰਨਾ, ਅਤੇ ਜੇ ਆਹੀ ਕੁਛ ਚੱਲਦਾ ਰਿਹਾ ਤਾਂ ਹੋ ਸਕਦਾ ਵੀ ਵਿੱਚ ਵੀ ਕਿਤੇ ਠੇਬੀ ਲੱਗ ਜਾਵੇ। ਪਰ ਅਗਲੀ ਗੱਲ ਆਪਾਂ ਜ਼ਰੂਰ ਕਰ ਲਈ ਉਹ ਇਹ ਆ ਕਿ ਵੀ ਜਿਹੜੀ ਕੈਪਟਨ ਸਾਹਿਬ ਨੇ ਰਾਜਨਾਥ ਸਿੰਘ ਹੋਰਾਂ ਨੂੰ ਚਿੱਠੀ ਲਿਖੀ ਆ ਕਿ ਵੀ 550ਵੇਂ ਪ੍ਰਕਾਸ਼ ਦਿਹਾੜੇ ਦੇ ਲਈ ਜੋ ਕੁਛ ਵੀ ਤੁਸੀਂ ਦੇਣਾ ਭਾਈ ਸਾਹਿਬ ਟਾਈਮ ਨਾਲ ਦੇ ਦਿਓ, ਫਿਰ ਨਾ ਕਿ ਉਹ ਦੱਸਿਆ ਨਹੀਂ। ਇਹਨੂੰ ਕਿਵੇਂ ਦੇਖਦੇ ਹੋ ਕਿ ਵਾਰ ਵਾਰ ਕੈਪਟਨ ਸਰਕਾਰ ਪੰਥਕ ਮੁੱਦੇ ਨੂੰ ਆਪਣੇ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੀ? ਸੰਧਾ ਵਾਲੀਆ ਸਾਹਿਬ, ਉਹ ਵਾਜਬ ਵੀ ਆ ਕਿਤੇ ਨਾ ਕਿਤੇ। ਦੇਖੋ, ਕੈਪਟਨ ਅਮਰਿੰਦਰ ਸਿੰਘ ਹੋਰੀ ਇਕੱਲੀ ਇਸ ਮੁੱਦੇ 'ਤੇ ਚਿੱਠੀ ਨਹੀਂ ਲਿਖ ਰਿਹਾ। ਇੱਕ ਵਾਰੀ ਉਹ ਪ੍ਰਧਾਨ ਮੰਤਰੀ ਨੂੰ ਮਿਲਿਆ ਆ ਜੀ, ਇੱਕ ਵਾਰੀ ਬਾਕੀ ਮੰਤਰੀਆਂ ਨੂੰ ਮਿਲਿਆ ਆ, ਅਤੇ 3-4 ਮੀਟਿੰਗਾਂ ਦੀ ਪ੍ਰਧਾਨਗੀ ਉਹ ਸੁਲਤਾਨਪੁਰ ਲੋਧੀ ਆ ਕੇ ਕਰਿਆ ਆ। ਮੈਂ ਪਿਛਲੀ ਵਾਰ ਵੀ ਕੈਪਟਨ ਸਾਹਿਬ ਦੇ ਜਿਹੜੇ ਕਾਰਜਕਾਲ ਨੂੰ ਗੌਹ ਨਾਲ ਵਾਚਦਾ ਰਿਹਾ, ਤੁਸੀਂ ਵੀ ਵਾਚਦੇ ਰਹੇ ਹੋ। ਆਪਾਂ ਐਤਕੀ ਵੀ ਵੇਖਿਆ, ਕਿਸੇ ਇੱਕ ਮੁੱਦੇ 'ਤੇ ਇੰਨੀਆਂ ਮੀਟਿੰਗਾਂ ਕੈਪਟਨ ਸਾਹਿਬ ਨੇ ਕਦੇ ਕੀਤੀਆਂ ਹੀ ਨਹੀਂ ਕੀਤੀਆਂ। ਇੰਨੀਆਂ ਤਾਂ ਉਹ ਰੈਲੀਆਂ ਨਹੀਂ ਕਰਦੇ ਵਿਧਾਨ ਸਭਾ ਦੀਆਂ ਚੋਣਾਂ 'ਚ ਜਿੰਨੀਆਂ ਉਹਨਾਂ ਨੇ ਇਸ ਮੁੱਦੇ 'ਤੇ ਮੀਟਿੰਗਾਂ ਕੀਤੀਆਂ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਚਾਹੇ ਸਿਆਸੀ ਪੱਖ ਤੋਂ ਸਹੀ ਸੁਹਿਰਦ ਜਾਪਦੇ ਆ, ਭਾਵੇਂ ਲਾਹਾ ਹੀ ਖੱਟਣਾ ਸਹੀ। ਮਤਲਬ ਉਹਨਾਂ ਦਾ ਧਿਆਨ ਜਿੱਦਾਂ ਉਹਨਾਂ ਦੀ ਪਿਛਲੀ ਟਰਮ ਦੇ ਵਿੱਚ ਉਦੋਂ ਪਾਣੀਆਂ ਦੇ ਮੁੱਦੇ 'ਤੇ ਧਿਆਨ ਜ਼ਿਆਦਾ ਸੀ, ਅਤੇ ਇਸ ਵਾਰ ਮੁੱਦਾ ਜਿਹੜਾ ਹੈ ਉਹਨਾਂ ਨੂੰ ਇਹ ਲੱਗਦਾ ਕਿ ਇਹ ਏਡਾ ਵੱਡਾ ਜੇ ਈਵੈਂਟ ਜਿਹੜਾ ਹੈ ਉਹ ਆ ਰਿਹਾ ਮੇਰੀ ਸਰਕਾਰ ਦੇ ਟਾਈਮ ਦੇ ਉੱਪਰ, ਅਤੇ ਇਹ ਨਾ ਹੋਵੇ ਹਿਸਟਰੀ ਜਦੋਂ ਯਾਦ ਕਰੇ ਕਿ ਉਦੋਂ ਪੰਜਾਬ 'ਚ ਮੁੱਖ ਮੰਤਰੀ ਕੌਣ ਸੀ ਅਤੇ ਮੇਰਾ ਨਾਂ ਕਿਸੇ ਹੋਰ ਵਾਲੇ ਪਾਸੇ ਲਿਖਿਆ ਜਾਵੇ। ਬਿਲਕੁਲ। ਹੁਣ ਸੰਧਾ ਵਾਲੀਆ ਸਾਹਿਬ, ਕੱਲ੍ਹ ਉਹਨਾਂ ਨੇ ਇੱਕ ਚਿੱਠੀ ਲਿਖੀ
ਉਹਨਾਂ ਨੇ ਪ੍ਰਧਾਨਮੰਤਰੀ ਸਾਹਿਬ ਨੂੰ ਇੱਕ ਚਿੱਠੀ ਲਿਖੀ ਸੀ ਪਹਿਲਾਂ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇੱਕ ਰਾਸ਼ਟਰੀ ਪੱਧਰ ਦੀ ਕਮੇਟੀ ਬਣਾਓ ਜਿਹਦੇ ਮੁਖੀ ਤੁਸੀਂ ਹੋਵੋ ਪ੍ਰਧਾਨ ਮੰਤਰੀ ਸਾਹਿਬ, ਨਾ ਸਾਨੂੰ ਪੈਸੇ ਦਾ ਚੱਕਰ ਹੋਵੇ, ਨਾ ਸਾਨੂੰ ਕਿਸੇ ਹੋਰ ਚੀਜ਼ ਦਾ ਚੱਕਰ, ਕਿਉਂਕਿ ਉਹ ਕਹਿੰਦੇ ਸੀ ਕਿ ਸਾਰੇ ਭਾਰਤ 'ਚ ਆਪਾਂ ਪ੍ਰੋਗਰਾਮ ਬਣਾਉਣੇ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਗਏ ਸੀ, ਅਤੇ ਸਾਡੇ ਪੱਧਰ ਦੀ ਤਾਂ ਗੱਲ ਹੈ ਨਹੀਂ, ਅਸੀਂ ਪੰਜਾਬ ਤੱਕ ਹਾਂ, ਜੇ ਤੁਸੀਂ ਮੁਖੀ ਹੋਵੋਗੇ ਤਾਂ ਫਿਰ ਸਾਰਾ ਕੁਝ ਠੀਕ ਤਰੀਕੇ ਹੋ ਜੂ। 2200 ਕਰੋੜ ਰੁਪਈਆ ਵੀ ਮੰਗਿਆ ਕਿ ਅਸੀਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਪੰਜਾਬ 'ਚ ਜਿੰਨੇ ਵੀ ਅਸਥਾਨ ਨੇ, ਕਿਤੇ ਹੋਸਪਿਟਲ ਬਣਾਉਣਾ ਹੈ, ਕਿਤੇ ਕਾਲਜ ਬਣਾਉਣਾ ਹੈ, ਕਿਤੇ ਕੁਝ ਹੋਰ ਬਣਾਉਣਾ, ਇੱਕ ਬਾਬੇ ਨਾਨਕ ਦਾ ਪਿੰਡ ਵਸਾਉਣਾ ਸੁਲਤਾਨਪੁਰ ਲੋਧੀ 'ਚ, ਕਰੋੜਾਂ ਦਾ ਪ੍ਰੋਜੈਕਟ ਉਹ ਵੀ ਹੈ, ਕਿ ਉਹਦੇ ਲਈ ਸਾਨੂੰ ਪੈਸੇ ਦਿਓ। ਦੇਖੋ ਕਪਤਾਨ ਸਾਹਿਬ ਨੇ ਕਹਿ ਦਿੱਤਾ ਕਿ ਭਾਈ ਮੀਟਿੰਗ ਸੱਦੋ, ਅਗਲੇ ਸੱਦਦੇ ਆ ਨਹੀਂ ਸੱਦਦੇ ਵੱਖਰੀ ਗੱਲ ਹੈ, ਜੇ ਸੱਦਦੇ ਆ ਪੈਸੇ ਦੇਣ ਦੇ ਕਪਤਾਨ ਸਾਹਿਬ ਦੀ ਬੱਲੇ ਬੱਲੇ ਪ੍ਰੋਗਰਾਮ ਬਹੁਤ ਵਧੀਆ ਹੋਊ, ਜੇ ਨਹੀਂ ਸੱਦਦੇ ਤਾਂ ਕੱਲ੍ਹ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਹੀ ਲਓ ਕਿ ਭਾਈ ਕੇਂਦਰ ਦੀ ਸਰਕਾਰ ਦੇ ਵਿੱਚ ਅਕਾਲੀ ਭਾਈਵਾਲ ਸੀ, ਉਹ ਤਾਂ ਸਾਨੂੰ ਕੁਝ ਨਾ ਕੁਝ ਦੇਣ ਨੂੰ ਤਿਆਰ ਸੀ, ਇਹਨਾਂ ਨੇ ਰੋਕ ਦਿੱਤੇ ਕਿ ਸਿਰਾ ਸਾਡੇ ਸਿਰ ਵੱਜਣਾ, ਕਿਤੇ ਨਾ ਕਿਤੇ ਇਹਦੇ ਵਿੱਚ ਵੀ ਸਿਆਸਤ ਦੀ ਚੱਕੀ 'ਚ ਸਿਆਸੀ ਦਾਣੇ ਪੀਠੇ ਜਾਣਗੇ। ਜੀ, ਸੋ ਆਪਾਂ ਆਸ ਕਰ ਸਕਦੇ ਹਾਂ ਕਿ ਦੋ ਕੰਮ ਆਉਣ ਵਾਲੇ ਦਿਨਾਂ 'ਚ ਹੋਣਗੇ, ਜਾਂ ਤਾਂ ਕੈਪਟਨ ਸਰਕਾਰ ਵੱਲੋਂ ਕੋਈ ਨਾ ਕੋਈ ਬੰਦਾ ਪ੍ਰੈਸ ਕਾਨਫਰੰਸ ਕਰੂਗਾ ਜਿਹਦੇ 'ਚ ਇਹ ਕਹੂਗਾ ਕਿ ਮੋਦੀ ਸਰਕਾਰ ਨੇ ਸਾਡਾ ਬਹੁਤ ਸਾਥ ਦਿੱਤਾ, ਪੈਸੇ ਆ ਗਏ ਨੇ ਅਤੇ ਅਸੀਂ ਉਸ ਦਿਹਾੜੇ ਨੂੰ ਬੜੀ ਵਧੀਆ ਤਰੀਕੇ ਨਾਲ ਮਨਾਵਾਂਗੇ, ਜਾਂ ਫਿਰ ਮੈਡਮ ਹਰਸਿਮਰਤ ਬਾਦਲ ਜਿਹੜੇ ਨੇ ਉਹ ਉਧਰਲੇ ਪਾਸਿਓਂ ਪ੍ਰੈਸ ਕਾਨਫਰੰਸ ਕਰਕੇ ਕਹਿਣਗੇ ਕਿ ਵੀ ਇਹ ਜਿਹੜੀ ਇਹ ਵਾਲੀ ਕਾਂਗਰਸ ਸਰਕਾਰ ਹੈ ਜਿਹੜੇ ਇਹੀ ਉਹ ਕਾਂਗਰਸ ਜਿਹਨਾਂ 84 ਚਾਹ ਕੀਤਾ ਸੀ ਅਤੇ ਇਹ ਹੁਣ ਆਹ ਕੁਛ ਕਰ ਰਹੇ ਨੇ। ਚਲੋ ਖੈਰ, ਉਹ ਸਿਆਸਤ ਦੀਆਂ ਖੇਡਾਂ ਨੇ, ਪਰ ਇੱਕ ਚੀਜ਼ ਜ਼ਰੂਰ ਕਰੀਏ, ਤੁਹਾਨੂੰ ਯਾਦ ਹੋਣਾ ਜਦੋਂ ਬਾਦਲ ਸਾਹਿਬ ਦੀ ਸਰਕਾਰ ਵੇਲੇ ਨਾ 108 ਐਂਬੂਲੈਂਸ ਜਦੋਂ ਚੱਲੀ ਸੀ, ਖੈਰ ਚੱਲੀ ਤਾਂ ਉਹ ਪੂਰੇ ਦੇਸ਼ ਦੇ ਵਿੱਚ ਸੀ, ਪਰ ਇਤਰਾਜ਼ ਇਸ ਚੀਜ਼ 'ਤੇ ਸੀ ਕਾਂਗਰਸ ਨੂੰ ਕਿ ਇਸ ਐਂਬੂਲੈਂਸ ਦੇ ਉੱਪਰ ਵੱਡੇ ਬਾਦਲ ਸਾਹਿਬ ਦੀ ਫੋਟੋ ਕਿਉਂ ਲਾਈ ਹੈ। ਜੀ, ਕਈ ਥਾਵਾਂ ਦੇ ਉੱਪਰ ਲੜ ਕੇ ਲਾਈ ਵੀ, ਅਤੇ ਜਦੋਂ ਲਾਈ ਵੀ ਫਿਰ ਰੇੜਕਾ ਵੀ ਪਿਆ। ਹੁਣ ਸਰਕਾਰ ਵੀ ਚੱਲ ਗਈ ਅਤੇ 108 ਐਂਬੂਲੈਂਸ, ਪਹਿਲਾਂ ਲੋਕਾਂ ਨੂੰ ਸੁੱਖ ਵੀ ਬਥੇਰਾ ਸੀਗਾ, ਅਤੇ ਹੁਣ 80-85% ਕਹਿੰਦੇ ਵੀ ਉਹ ਕੰਡਮ ਹੋਈਆਂ ਖੜੀਆਂ ਨੇ, ਉਹਨਾਂ ਨੂੰ ਕੋਈ ਧਿਆਨ ਨਹੀਂ ਦੇ ਕੇ ਰਿਹਾ ਸੀ। ਸੰਧਾ ਵਾਲੇ ਸਾਹਿਬ, ਚੰਗਾ ਹੋਇਆ ਤੁਸੀਂ ਉਹ ਗੱਲ ਚੇਤੇ ਕਰਾਈ ਫੋਟੋ ਵਾਲੀ। ਮੈਨੂੰ ਯਾਦ ਹੈ ਕਿ ਜਿਹੜੇ ਅੱਜ ਦੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਨੇ ਚੌਧਰੀ ਸੰਤੋਖ ਸਿੰਘ ਜੀ, ਉਹਨਾਂ ਦੇ ਬੇਟੇ ਚੌਧਰੀ ਵਿਕਰਮ ਸਿੰਘ ਹੋਰੀ ਪੰਜਾਬ ਯੂਥ ਕਾਂਗਰਸ ਦੇ ਉਦੋਂ ਪ੍ਰਧਾਨ ਹੁੰਦੇ ਸੀ, ਕੇਂਦਰ ਸਰਕਾਰ ਨੇ ਉਹ ਦਿੱਤੀਆਂ 108 ਨੰਬਰ ਐਂਬੂਲੈਂਸ, ਦਿਨ 3 ਨਹੀਂ ਸੀ ਲੰਘੇ, ਬਾਦਲ ਸਾਹਿਬ ਦੀਆਂ ਵੱਡੀਆਂ ਵੱਡੀਆਂ ਫੋਟੋ, ਰਾਜ ਨਹੀਂ ਸੇਵਾ, ਪੰਜਾਬ ਸਰਕਾਰ ਦਾ ਦਾਅਵਾ ਜਿਹੜਾ ਸੀ, ਵਾਅਦਾ ਜਿਹੜਾ ਸੀ, ਸਲੋਗਨ ਜਿਹੜਾ ਸੀ ਉਹ ਲਿਖਤਾ। ਬਿਲਕੁਲ ਸਹੀ। ਇਹ ਕਹਿਣ ਕਿ ਭਾਈ ਡਾਕਟਰ ਮਨਮੋਹਨ ਸਿੰਘ ਦੀ ਫੋਟੋ ਲੱਗੂ, ਕਿਉਂਕਿ ਆਈਆਂ ਉਦੋਂ ਸੀ ਨਾ ਡਾਕਟਰ ਮਨਮੋਹਨ ਸਿੰਘ ਹੋਰੀ ਪ੍ਰਧਾਨ ਮੰਤਰੀ ਸੀ। ਬਿਲਕੁਲ, ਸਕੀਮ ਸੈਂਟਰ ਦੀ ਸੀ, ਸਕੀਮ ਸੈਂਟਰ ਦੀ ਸੀ, ਇਹਨਾਂ ਨੇ ਸਕੀਮ ਲਾ ਲਈ, ਇਹਨਾਂ ਨੇ ਸਕੀਮ ਲਾ ਲਈ ਜੀ। ਹੁਣ ਸੰਧਾ ਵਾਲੀਆ ਸਾਹਿਬ, ਉਦੋਂ ਦੇਖੋ ਕੀ ਕਰਨਾ ਪਿਆ, ਫੋਟੋ ਨਹੀਂ ਲਾਹੀ, ਤਿੰਨ ਤਿੰਨ ਚਾਰ ਚਾਰ ਪੁਲਿਸ ਵਾਲੇ ਲਾਤੇ ਵੀ ਕਿ ਜੇ ਯੂਥ ਕਾਂਗਰਸ ਵਾਲੇ ਆਏ ਤਾਂ ਫੋਟੋ ਨਹੀਂ ਲਾਉਣ ਦੇਣੀ, ਐਂਬੂਲੈਂਸ ਭਜਾ ਲਿਓ ਭਾਵੇਂ ਮੂਹਰੇ ਮੂਹਰੇ। ਬਿਲਕੁਲ ਸਹੀ, ਆਪਾਂ ਫੋਟੋ ਲਿਥਣ ਵੀ ਨਹੀਂ ਦਿੱਤੀ, ਚਲੋ ਯੂਥ ਕਾਂਗਰਸ ਵਾਲੇ ਘਰੇ ਬਹਿ ਗਏ, ਪ੍ਰਧਾਨ ਸਾਹਿਬ ਬਦਲ ਗਏ। ਹੁਣ ਹਾਲਾਤ ਕੀ ਨੇ, ਉਹ ਅਸਲ ਦੇ ਵਿੱਚ ਜਿਹੜੀ ਸਕੀਮ ਸੀ ਨਾ, ਉਹ ਪੰਜਾਬ ਸਰਕਾਰ ਨੇ ਬਾਅਦ ਵਿੱਚ ਸਮਝੌਤੇ ਕੀਤੇ, ਇੱਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਕਿ ਤੁਸੀਂ ਆ 156 ਨੇ ਉਹ ਟੋਟਲ ਐਂਬੂਲੈਂਸ ਪੰਜਾਬ ਦੇ ਵਿੱਚ ਚੱਲਦੀਆਂ ਜੀ, ਬੜੀਆਂ ਵਧੀਆ ਸੀ, ਉਹਦੇ ਵਿੱਚ ਸਾਰਾ ਆਕਸੀਜਨ ਦਾ ਪ੍ਰਬੰਧ, ਏਸੀ ਦਾ ਪ੍ਰਬੰਧ, ਸਾਰਾ ਕੁਝ, ਬੜੀਆਂ ਜਾਨਾਂ ਬਚਾਈਆਂ ਜੀ, ਜਾਨਾਂ ਬਚਾਈਆਂ, ਇਹਦੇ ਵਿੱਚ ਕੋਈ ਦੋ ਰਾਏ। ਵੱਡੀ ਗੱਲ ਇਹ ਕਿ ਬਹੁਤ ਸਾਰੇ ਗਰੀਬ ਲੋਕਾਂ ਦੇ ਲਈ ਉਹ ਮੇਰੇ ਖਿਆਲ ਨਾਲ ਬਹੁਤ ਵੱਡਾ ਸਹਾਰਾ ਸੀ, ਉਹ ਰੱਬ ਤੋਂ ਬਾਅਦ ਦੂਜੀ ਗੱਲ ਉਹੀ ਸੀ ਜੀ, ਕਿਉਂਕਿ ਟੈਲੀਫੋਨ ਕਰਨਾ ਉਹਨਾਂ ਨੇ ਇਹ ਨਹੀਂ ਪੁੱਛਣਾ ਕਿ ਤੁਸੀਂ ਕਿਹੜੇ ਸਾਹਿਬ ਬੋਲਦੇ ਹੋ, ਤੁਹਾਡੇ ਕੋਲ ਸਿਫਾਰਿਸ਼ ਕਿਹਦੀ ਹੈ, ਉਹ ਸਿੱਧੇ ਜਾਂਦੇ ਸੀ ਉੱਥੇ। ਪਰ ਹੁਣ ਕੀ ਹੋਇਆ, ਇੱਕ ਤਾਂ ਉਹਨਾਂ ਦੀ ਮਿਆਦ, ਉਹਨਾਂ ਦੀ ਨੀਤੀ ਜਿਹੜੀ ਨਿਰਧਾਰਿਤ ਕੀਤੀ ਸੀ ਕਿ ਜਦੋਂ 2.5 ਲੱਖ ਕਿਲੋਮੀਟਰ ਚੱਲ ਗਈਆਂ ਸੜਕੋਂ ਥੱਲੇ, ਅਤੇ ਕੋਈ ਵੀ ਐਂਬੂਲੈਂਸ ਇਸ ਵੇਲੇ ਇੱਦਾਂ ਦੀ ਨਹੀਂ ਜਿਹੜੀ 5 ਲੱਖ ਤੋਂ ਘੱਟ ਕਿਲੋਮੀਟਰ ਚੱਲੀ ਹੋਵੇ ਸੜਕਾਂ 'ਤੇ, ਅਜੇ ਹੈਗੀਆਂ। ਅਗਲੀ ਗੱਲ ਦੇਖੋ, ਕਿਸੇ ਵੀ ਉਸ ਐਂਬੂਲੈਂਸ ਦਾ ਕੋਈ ਵੀ ਟਾਇਰ ਨਵਾਂ ਨਹੀਂ ਹੈਗਾ, 75% ਐਂਬੂਲੈਂਸ ਇੱਦਾਂ ਦੀਆਂ ਜਿਹਦੇ ਵਿੱਚ ਸਟਿੱਪਣੀ ਨਹੀਂ ਹੈਗੀ, ਕਿ ਜੇ ਤੁਸੀਂ ਕਿਸੇ ਜ਼ਖਮੀ ਨੂੰ ਲਈ ਜਾਂਦੇ ਹੋ, ਜੇ ਤੁਸੀਂ ਕਿਸੇ ਬਿਮਾਰ ਬੰਦੇ ਨੂੰ ਲਈ ਜਾਂਦੇ ਹੋ, ਮੰਨ ਲਓ ਟਾਇਰ ਤੁਹਾਡਾ ਪੈਂਚਰ ਹੋ ਗਿਆ, ਫਿਰ ਤੁਸੀਂ ਰਿਕਸ਼ਾ ਵਾਲੇ ਨੂੰ ਆਦੋਗੇ ਭਾਈ ਇਹਨੂੰ ਹਸਪਤਾਲ ਛੱਡਿਆ। ਇਹਦੇ ਨਾਲ ਨਾਲ ਅਗਲੀ ਗੱਲ ਵੇਖੋ, 70% ਐਂਬੂਲੈਂਸ ਵਿੱਚ ਆਕਸੀਜਨ ਦਾ ਪ੍ਰਬੰਧ ਨਹੀਂ ਹੈਗਾ, ਸਟਰੇਚਰ ਇੰਨੇ ਮਾੜੇ ਆ ਕਿ ਜਦੋਂ ਸਟਰੇਚਰ ਬਾਹਰ ਕੱਢ ਲਈਦਾ ਕੋਈ ਬੰਦਾ ਜ਼ਖਮੀ ਆ, ਤਾਂ ਸੋਚੀਦਾ ਕਿ ਭਾਈ ਜ਼ਖਮੀ ਨੂੰ ਸਟਰੇਚਰ 'ਤੇ ਪਾਈਏ ਕਿ ਸਟਰੇਚਰ ਜ਼ਖਮੀ ਦੇ ਉੱਪਰ ਪਾ ਦਈਏ, ਇੱਦਾਂ ਦੇ ਹਾਲਾਤ ਬਣੇ ਪਏ ਆ। ਉਹਦੇ ਤੋਂ ਵੀ ਮਾੜੀ ਗੱਲ ਜਿਹੜੀ ਹੈ, ਹਾਲਾਤ ਇਹ ਬਣੇ ਪਏ ਆ ਕਿ ਉਹਦੇ ਵਿੱਚੋਂ 65% ਐਂਬੂਲੈਂਸ ਦੀਆਂ ਲਾਈਟਾਂ ਨਹੀਂ ਪੂਰੀਆਂ ਜਗਦੀਆਂ, ਜਿਹੜੇ ਹੂਟਰ ਵਜਾਉਣੇ ਹੁੰਦੇ ਆ ਉਹ ਨਹੀਂ ਪੂਰੇ ਚੱਲਦੇ, ਇੱਦਾਂ ਦੇ ਹਾਲਾਤ ਨੇ। ਅਤੇ ਉਹ ਉਸ ਪੰਜਾਬ 'ਚ ਜਿੱਥੇ ਸਾਨੂੰ ਪਤਾ ਕਿ ਸਾਡਾ ਖਾਣ ਪੀਣ ਮਾੜਾ, ਸਾਡੀ ਹਵਾ ਮਾੜੀ, ਸਾਡਾ ਪਾਣੀ ਪ੍ਰਦੂਸ਼ਿਤ ਹੈ, ਅਤੇ ਉੱਥੇ ਲੋਕਾਂ ਨੇ ਬਿਮਾਰ ਵੀ ਅਚਾਨਕ ਹੋਣਾ, ਜਿੱਥੇ ਸਾਨੂੰ ਪਤਾ ਕਿ ਉਸੇ ਸੜਕ ਦੇ ਉੱਤੇ ਗਾਂ ਨੇ ਤੁਰਨਾ, ਉਸੇ ਸੜਕ ਦੇ ਉੱਤੇ ਗੱਡੇ ਨੇ ਤੁਰਨਾ, ਉੱਥੇ ਹੀ ਸਾਡੇ ਟਰੱਕ ਨੇ ਤੁਰਨਾ ਅਤੇ ਕਾਰ ਨੇ ਤੁਰਨਾ ਅਤੇ ਐਕਸੀਡੈਂਟ ਵੀ ਹੋਣੇ ਆ, ਖੱਡੇ ਵੀ ਹੈਗੇ ਨੇ, ਮੇਨ ਹੋਲ ਅਸੀਂ ਖੁੱਲ੍ਹੇ ਛੱਡੇ, 5 ਸਾਲ ਦਾ ਮੁੰਡਾ ਮਰੀ ਗਿਆ ਉੱਥੇ ਤਰ ਇੱਧਰਲੇ ਪਾਸੇ ਮਾਝੇ ਬਟਾਲੇ ਦੇ ਵਿੱਚ। ਉਹ ਸਾਰੀਆਂ ਗੱਲਾਂ ਦੇ ਲਈ ਸਾਨੂੰ ਸਭ ਤੋਂ ਵੱਡੀ ਚੀਜ਼ ਕਿਹੜੀ ਚਾਹੀਦੀ, ਐਂਬੂਲੈਂਸ, ਅਤੇ ਐਂਬੂਲੈਂਸ ਸਾਡੇ ਕੋਲ ਇੱਦਾਂ ਦੀ ਹੈ ਜਿਹਨੂੰ ਆਪ ਅਜੇ ਇੱਕ ਹੋਰ ਐਂਬੂਲੈਂਸ ਦੀ ਲੋੜ ਭਾਸਦੀ ਹੈ। ਬਿਲਕੁਲ ਸਹੀ ਗੱਲ ਹੈ ਜੀ। ਸੋ ਹੁਣ ਐਂਬੂਲੈਂਸ
ਬਾਕੀ ਗੱਲਾਂ ਚਲੋ ਠੀਕ ਹੈ ਜੀ, ਸਿਆਸਤ ਆਪਣੀ ਥਾਂ 'ਤੇ ਹੋ ਗਈ, ਪਰ ਇੱਕ ਜਿਹੜਾ ਸਹਾਰਾ ਬਣਿਆ ਸੀ ਐਟਲੀਸਟ ਆਪਾਂ ਉਹ ਨਾ ਖੋਈਏ, ਕਿਉਂਕਿ ਜਿੰਨਾ ਕੁ ਚਿਰ ਵੀ ਉਹ ਚੱਲੀਆਂ ਨੇ ਵਾਕਈ ਲੋਕਾਂ ਦਾ ਬਹੁਤ ਬੈਨੀਫਿਟ ਹੋਇਆ। ਅਤੇ ਇੱਕ ਚੀਜ਼ ਹੋਰ ਥੋੜ੍ਹੀ ਜਿਹੀ ਹੈ ਧਰਮ ਨਾਲ ਰਿਲੇਟਡ, ਮੇਰਾ ਖਿਆਲ ਤੁਹਾਨੂੰ ਯਾਦ ਹੋਣਾ ਜਦੋਂ 5 ਪਿਆਰਿਆਂ ਨੂੰ ਬਰਖਾਸਤ ਕੀਤਾ ਗਿਆ ਸੀ, ਬੜਾ ਜ਼ਿਆਦਾ ਰੋਸ, ਬੜਾ ਜ਼ਿਆਦਾ ਰੌਲਾ ਲੋਕਾਂ ਦੇ ਵਿੱਚ ਪਿਆ ਕਿ ਜਿੰਨਾ 5 ਪਿਆਰਿਆਂ ਦੀ ਰਵਾਇਤ ਗੁਰੂ ਸਾਹਿਬ ਨੇ ਚਲਾਈ ਅਤੇ ਉਹਨਾਂ 5 ਪਿਆਰਿਆਂ ਦੇ ਅੱਗੇ ਆਪ ਉਹਨਾਂ ਨੇ ਸੀਸ ਨਵਾਇਆ, ਉਹਨਾਂ ਨੂੰ ਵੀ ਹੁਣ ਦਸਤਖਤਾਂ ਦੇ ਨਾਲ ਸਾਈਡਲਾਈਨ ਕੀਤਾ ਗਿਆ ਜੀ। ਪਰ ਮੈਂ ਨਾ ਚਲੋ ਫਿਰ ਵੀ ਉਹ ਤਕੜੇ ਨੇ, ਆਮ ਤੌਰ 'ਤੇ ਤਾਂ ਬੰਦਾ ਘਰੇ ਬਹਿ ਜਾਂਦਾ, ਪਰ ਉਹ ਅਜੇ ਵੀ ਐਗਜਿਸਟ ਕਰ ਰਹੇ ਨੇ। ਅਤੇ ਹੁਣ ਉਹਨਾਂ ਨੇ ਮੇਰਾ ਖਿਆਲ 117 ਮੈਂਬਰੀ ਅਸੈਂਬਲੀ ਬਣਾਉਣ ਦੀ ਕੋਈ ਗੱਲ ਕੀਤੀ ਹੈ, ਸ਼ਾਇਦ ਪੰਥਕ ਮੁੱਦਿਆਂ ਨੂੰ ਲੈ ਕੇ ਅਤੇ ਸਾਰੇ ਕੁਛ ਅਤੇ ਬੇਅਦਬੀ ਕਾਂਡ ਦੇ ਉੱਪਰ ਇੱਕ ਇਹ ਮੁੱਦਾ, ਅਤੇ ਇੱਕ ਕਿਉਂਕਿ ਕੱਲ੍ਹ 21 ਤਰੀਕ ਹੈ ਅਤੇ ਉਹਦੇ ਨਾਲ ਸੁਖਪਾਲ ਖਹਿਰਾ ਸਾਹਿਬ ਦੀ ਵੀ ਕੌਲ ਹੈ ਕਿ ਸਰਵ ਪਾਰਟੀ ਮੀਟਿੰਗ ਜਿਹਦੇ 'ਚ ਉਹਨਾਂ ਨੇ ਸ਼ਾਇਦ ਅਕਾਲੀ ਦਲ ਨੂੰ ਸੱਦਾ ਨਹੀਂ ਦਿੱਤਾ, ਬਾਕੀ ਪਾਰਟੀ ਨੂੰ ਦਿੱਤਾ, ਉਹ ਤੋਂ ਇੱਕ ਦਿਨ ਪਹਿਲਾਂ ਵਾਲੀ ਇਹਨਾਂ ਦਾ ਇਹ ਬਿਆਨ, ਇਹ ਸਾਰੇ ਕੁਛ ਨੂੰ ਕਿਵੇਂ ਦੇਖਦੇ ਹੋ? ਸੰਧਾਵਾਲੀਆ ਸਾਹਿਬ, ਪੰਥਕ ਮੁੱਦਿਆਂ 'ਤੇ ਸਰਗਰਮੀ ਤਾਂ ਹੋਣੀ ਚਾਹੀਦੀ ਹੈ, ਪਰ ਹੋਣੀ ਇਮਾਨਦਾਰੀ ਨਾਲ ਚਾਹੀਦੀ ਹੈ। ਸੁਖਪਾਲ ਖਹਿਰਾ ਨੇ ਪਹਿਲਾਂ ਦਾ ਕਿਹਾ ਹੋਇਆ ਕਿ ਅਸੀਂ ਐਕਸ਼ਨ ਲੈਣਾ ਅਕਤੂਬਰ ਦੇ ਅੱਧ 'ਚ, ਸਿਆਸੀ ਪਾਰਟੀਆਂ, ਕਿਸਾਨ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਅਤੇ ਪੰਥਕ ਮੁੱਦੇ 'ਤੇ, ਬਰਗਾੜੀ ਵਾਲੇ ਮੁੱਦੇ 'ਤੇ, ਬੇਅਦਬੀ ਵਾਲੇ ਮੁੱਦੇ 'ਤੇ ਅਸੀਂ ਸਭ ਤੋਂ ਵੱਧ ਉਹ ਕਹਿੰਦੇ ਸਰਗਰਮੀ ਕਰਨੀ ਹੈ। ਪਰ ਉਹਦੇ ਵਿੱਚ ਹੀ ਇਹ ਜਿਹੜੇ ਸਾਰੇ ਬੰਦੇ ਨੇ, ਭਾਵੇਂ ਉਹ 5 ਪਿਆਰੇ ਨੇ, ਭਾਵੇਂ ਭਾਈ ਕੇਵਲ ਸਿੰਘ ਹੋਰੀ ਨੇ, ਹੋਰ ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਨੇ ਜਿਹੜੇ ਪੰਥਕ ਨੇ, ਉਹ ਕਹਿੰਦੇ ਕਿ ਅਸੀਂ 117 ਪੰਜਾਬ ਦੇ ਹਲਕੇ ਨੇ, 117 ਮੈਂਬਰੀ ਅਸੈਂਬਲੀ ਬਣਾ ਕੇ ਉਹਦੇ ਵਿੱਚ ਫੈਸਲੇ ਕਰਿਆ ਕਰਾਂਗੇ। ਉਹ ਜਿਹੜਾ ਇੱਕ ਖਾਲਸੇ ਦਾ ਕੌਨਸੈਪਟ ਸੀ ਕਿ ਸਾਰਿਆਂ ਦੀ ਸਲਾਹ ਲੈ ਕੇ ਕੰਮ ਚੱਲਣਾ, ਪਰਚੀ ਸਿਸਟਮ ਨਹੀਂ, ਅਸੀਂ ਵੀ ਅਕਤੂਬਰ ਦੀ 20 ਤਰੀਕ ਤੋਂ ਬਾਅਦ ਅਤੇ 25 ਤਰੀਕ ਤੋਂ ਪਹਿਲਾਂ ਇੱਕ ਨਵਾਂ ਸੰਘਰਸ਼ ਵਿੱਢਾਂਗੇ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਤਾਕਤਾਂ ਦੋ ਪਾਸੇ ਹੋ ਜਾਣਗੀਆਂ। ਚਲੋ ਉਹ ਬੰਦੇ ਰਾਜਸੀ ਨਹੀਂ ਹੈਗੇ ਜਿਨ੍ਹਾਂ ਨੇ ਹੁਣ ਅਕਤੂਬਰ ਦੇ ਵਿੱਚ ਜਾ ਕੇ ਉਹ ਪੰਥਕ ਅਸੈਂਬਲੀ ਬਣਾਉਣੀ ਹੈ, ਨਹੀਂ ਉਹ ਬੰਦੇ ਰਾਜਸੀ ਭਾਵੇਂ ਨਹੀਂ ਹੈ, ਪਰ ਮੈਨੂੰ ਲੱਗਦਾ ਕਿ ਜੇ ਹੁਣ ਇਹ ਸਟੈਪ ਚੱਕਣਗੇ ਅਤੇ ਉਹਨਾਂ ਦੇ ਵੀ ਉੱਪਰ ਬਿਆਨ ਆਉਣੇ ਸ਼ੁਰੂ ਹੋ ਜਾਣੇ ਵੀ ਇਹ ਫਲਾਨਾ ਬਾਬਾ ਸੀ ਅਤੇ ਇਹਦਾ ਆਹ ਕੰਮ ਸੀ ਅਤੇ ਇਹਦਾ ਉਦੋਂ ਆਹ ਕੰਮ ਸੀ, ਕਿਉਂਕਿ ਜਦੋਂ ਬੰਦਾ ਸਿਆਸਤ ਨੂੰ ਟੱਚ ਕਰਦਾ ਨਾਲ ਦੀ ਨਾਲ ਹੀ ਅਗਲੇ ਬੰਦੇ ਵਹੀ ਖਾਤਾ ਕੱਢ ਲੈਂਦੇ ਵੀ ਨਾਨਾ ਜੀ ਆਹ ਕਰਦੇ ਸੀ, ਦਾਦਾ ਜੀ ਆਹ ਕਰਦੇ ਸੀ, ਅਗਲੇ ਰਜਿਸਟਰੀ ਕਿੱਦਣ ਕਰਾਈ ਆ ਅਤੇ ਕਿੰਨੇ ਕਰੋੜ ਕਿੱਧਰਲੇ ਪਾਸੇ ਹੋਇਆ ਅਤੇ ਕਿਹਦਾ ਕਿਹਦੇ ਨਾਲ ਸੰਬੰਧ ਹੈ। ਮੈਨੂੰ ਲੱਗਦਾ ਕੋਈ ਫੱਟੀਆਂ ਲੈ ਕੇ ਬੈਠਣ ਕਿ ਤੁਹਾਡਾ ਟੈਗ ਅਸੀਂ ਕਿਹਦੇ ਨਾਲ ਲਾਉਣਾ, ਕਿ ਤੁਸੀਂ ਕਿਹੜੇ ਦੇਸ਼ ਦੀ ਕਿਹੜੀ ਏਜੰਸੀ ਦੇ ਬੰਦੇ ਹੋ। ਬਿਲਕੁਲ ਸਹੀ ਗੱਲ। ਅਤੇ ਸੰਧਾਵਾਲੀਆ ਸਾਹਿਬ ਨਾਲ ਲੱਗਦੀ ਇੱਕ ਗੱਲ ਹੋਰ, ਖਹਿਰਾ ਸਾਹਿਬ ਵੀ ਆ ਰਹੇ ਨੇ ਕੱਲ੍ਹ ਨੂੰ, ਮੀਟਿੰਗ ਕਰਨੀ ਆ ਉਹਨਾਂ ਨੇ, ਉਹਨਾਂ ਨੂੰ ਵੀ ਲੱਗਦਾ ਇੱਧਰਲੇ ਪਾਸੇ ਇਹਨਾਂ ਨੂੰ ਵੀ ਲੱਗਦਾ ਭਾਈ ਜੇ ਸੰਘਰਸ਼ ਕਰਨਾ ਧੁਰ ਲਾ ਕੇ ਹਟਿਓ, ਐਵੇਂ ਇਹ ਨਾ ਵੇਖਿਓ ਕਿ ਸਾਨੂੰ ਸਿਆਸੀ ਤੌਰ 'ਤੇ ਲਾਭ ਕਿੱਧਰੋਂ ਹੁੰਦਾ ਅਤੇ ਕਿੱਧਰੋਂ ਨਹੀਂ, ਕਿਉਂਕਿ ਪੰਥ ਦੇ ਮੁੱਦੇ 'ਤੇ, ਧਰਮ ਦੇ ਮੁੱਦੇ 'ਤੇ ਅਸੀਂ ਸਿਆਸੀ ਤੌਰ 'ਤੇ ਸੱਟਾਂ ਬਹੁਤ ਖਾ ਲਈਆਂ, ਹੁਣ ਹੋਰ ਫੱਟ ਖਾਣ ਦੀ ਸਾਡੇ 'ਚ ਹਿੰਮਤ ਨਹੀਂ ਹੈਗੀ ਪੰਜਾਬ 'ਚ। ਠੀਕ ਹੈ ਤੁਸੀਂ ਸਿਆਸੀ ਤੌਰ 'ਤੇ ਕਿਤੇ ਮਾਈਲੇਜ ਜਿਹਨੇ ਵੀ ਲੈਣੀ ਆ ਲੈਂਦੇ ਰਹੋ, ਪਰ ਹੋਰ ਬਹੁਤ ਸਾਰੇ ਮੁੱਦੇ ਨੇ, ਧਰਮ ਦੇ ਆਧਾਰ 'ਤੇ ਪਏ ਹੋਏ ਵਿਗਾੜ ਜਿਹੜੇ ਆ ਨਾ, ਉਹ ਸਾਡੇ ਪੰਜਾਬ ਦੇ ਲਈ ਸਮਾਜਿਕ ਤੌਰ 'ਤੇ ਇੱਕ ਦੁੱਖ ਦਾ ਦੰਦ ਬਣ ਜਾਂਦੇ ਆ, ਜਿਹਨੂੰ ਕਢਾਉਣ ਤੋਂ ਬਿਨਾਂ ਸਾਡੇ ਕੋਲ ਫਿਰ ਚਾਰਾ ਕੋਈ ਨਹੀਂ ਬਚਦਾ। ਬਿਲਕੁਲ ਸਹੀ ਗੱਲ ਹੈ ਜੀ, ਅਤੇ ਮੈਂ ਬੇਨਤੀ ਹਰ ਰੋਜ਼ ਜਿਵੇਂ ਕਰਦਾ ਹੁੰਦਾ ਕਿ ਜਿਹੜੀ ਅਲਟੀਮੇਟ ਤਾਕਤ ਹੈ ਉਹ ਆ ਤੁਹਾਡਾ ਭਾਈਚਾਰਾ, ਤੁਹਾਡੀ ਆਂਢ ਗੁਆਂਢ ਕਿੰਨੀ ਕੁ ਬਣੀ ਹੈ, ਰਿਸ਼ਤੇਦਾਰੀ 'ਚ ਕਿੰਨਾ ਕੁ ਪਿਆਰ ਹੈ, ਅਤੇ ਸਭ ਤੋਂ ਵੱਡੀ ਗੱਲ ਤੁਹਾਡੇ ਆਪਣੇ ਪਰਿਵਾਰ 'ਚ ਕਿੰਨਾ ਕੁ ਪਿਆਰ ਇਤਫਾਕ ਹੈ। ਸੋ ਉਸ ਵਾਲੇ ਪਾਸੇ ਧਿਆਨ ਦਿਆ ਕਰੋ। ਅੱਜ ਜੋ ਕੱਲ੍ਹ ਨੂੰ ਹੋਇਆ ਸੀਗਾ ਪਿੰਡ 'ਚ, ਮੈਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵੀ ਕਿਹਾ ਸੀਗਾ ਕਿ ਵੀ ਹੁਣ ਸਿਰ ਪਾਟੇ ਨੇ, ਗੱਡੀਆਂ ਟੁੱਟੀਆਂ ਨੇ ਅਤੇ ਲੱਤਾਂ ਤੁੜਵਾਈਆਂ ਨੇ ਅਤੇ ਅਖੀਰ ਆਪਾਂ ਹੁਣ ਮਹੀਨਾ ਇਹ ਸਾਰੇ ਕੁਛ ਦੇ ਵਿੱਚ ਇੱਧਰ ਉੱਧਰ ਰਿਸ਼ਤੇਦਾਰੀਆਂ 'ਚ ਪਤਾ ਲੈਂਦੇ ਫਿਰਨਾ, ਵੋਟਾਂ ਪਾਉਣ ਵਾਲੇ ਆਪਣਾ ਕੰਮ ਕਰਕੇ ਨਿਕਲ ਗਏ ਨੇ। ਅਤੇ ਵੱਡੀ ਚੀਜ਼ ਜਿਹੜੀ ਇਸ ਵਾਰ ਹੋਈ ਸੀ ਉਹ ਸੀ ਨੋਟਾ, ਜਿਹੜੀ ਕਿ ਆਪਸ਼ਨ ਕਿ ਉਪਰੋਕਤ ਵਿੱਚੋਂ ਕੋਈ ਵੀ ਉਮੀਦਵਾਰ ਸਾਨੂੰ ਪਸੰਦ ਨਹੀਂ, ਉਹਦੇ 'ਤੇ ਮੋਹਰਾਂ ਲਾ ਕੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਪਾਈਆਂ। ਆਸ ਮੈਨੂੰ ਇਹ ਲੱਗਦੀ ਹੈ ਕਿ ਪੰਚਾਇਤੀ ਚੋਣਾਂ ਤੱਕ ਸ਼ਾਇਦ ਇਹਦੀ ਰੇਸ਼ੋ ਕਾਫੀ ਜ਼ਿਆਦਾ ਵੱਧ ਜਾਊਗੀ, ਅਤੇ ਹੋ ਸਕਦਾ ਪਿੰਡ ਦੇ ਲੋਕਾਂ ਨੂੰ ਪਿੰਡ 'ਚੋਂ ਹੀ ਨਜ਼ਰ ਆਉਣ ਲੱਗ ਪਵੇ ਕਿ ਜਿਹੜੇ ਮਹੀਨਾ ਮਹੀਨਾ ਹੋ ਗਿਆ ਸਰਪੰਚੀ ਦੀ ਇਲੈਕਸ਼ਨ ਦੇ ਵਿੱਚ ਮੁੱਛਾਂ ਕੁੰਡੀਆਂ ਕਰਕੇ ਤੁਰੇ ਫਿਰਦੇ ਨੇ, ਉਹਨਾਂ ਨੂੰ ਹੀ ਨਕਾਰਨ ਵਾਲੇ ਉਹਨਾਂ ਦੇ ਪਿੰਡ 'ਚ ਹੀ ਬੈਠੇ ਨੇ। ਪਰ ਸਾਹਿਬ ਤੁਸੀਂ ਸਮਾਂ ਕੱਢਿਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ ਜੀ, ਮਿਹਰਬਾਨੀ। ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਜ਼ਰੂਰ ਅੱਗੇ ਤੋਂ ਅੱਗੇ ਸ਼ੇਅਰ ਕਰਦਾ ਕਰੋ ਜੀ, ਲਿੰਕ ਸ਼ੇਅਰ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਪ੍ਰਾਈਮ ਏਸ਼ੀਆ ਟੀਵੀ ਨੂੰ ਪਿਆਰ ਮੁਹੱਬਤ ਕਰਨ ਲਈ ਅਸੀਂ ਦਿਲੋਂ ਰਹਿਣੀ ਹਾਂ। ਫਿਲਹਾਲ ਦਿਓ ਗੁਰਪ੍ਰੀਤ ਸੰਧਾਵਾਲੀਆ ਨੂੰ ਇਜਾਜ਼ਤ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਹੁਣ ਹਰ ਰੋਜ਼ ਆਪਣੇ ਫੇਵਰਿਟ ਸ਼ੋਅ ਦੇਖਣ ਲਈ ਹੋਵੇਗੀ ਭੱਜ ਨੱਠ, ਕਿਉਂਕਿ ਬ੍ਰਿਟ ਏਸ਼ੀਆ ਤੇ ਪ੍ਰਾਈਮ ਏਸ਼ੀਆ ਨੇ ਮਿਲਾ ਲਏ ਨੇ ਹੱਥ। 9 ਅਗਸਤ ਥਰਸਡੇ ਤੋਂ ਆਨਵਰਡਸ ਹਰ ਰੋਜ਼ ਦੇਖੋ ਪ੍ਰਾਈਮ ਏਸ਼ੀਆ ਟੀਵੀ ਦੇ ਹਿੱਟ ਸ਼ੋਅਸ, ਹੁਣ ਬ੍ਰਿਟ ਏਸ਼ੀਆ ਟੀਵੀ ਤੇ। ਦੇਸ਼ ਦੁਨੀਆ ਦੀਆਂ ਖਬਰਾਂ ਲਈ ਪ੍ਰਾਈਮ ਨਿਊਜ਼ ਸਵੇਰੇ 7 ਵਜੇ, ਪ੍ਰਾਈਮ ਵੁਮਨ ਬੇਸਡ ਔਨ ਵੁਮਨਸ ਇਸ਼ੂਜ਼ ਸਵੇਰੇ 7:30 ਵਜੇ, ਕਲਚਰਲ ਸ਼ੋਅ ਵਿਦ ਮਿਊਜ਼ਿਕ
प्राइम जिंदगी सवेरे 8 बजे रिलीजियस इश्यूज लई प्राइम चर्चा ते एंटरटेनमेंट लई प्राइम टाइम सवेरे 9 बजे बेस्ड ऑन डेली करंट पॉलिटिकल इश्यूज प्राइम फोकस शाम 5 बजे जज दा विचार म्यूजिकल कॉमेडी शो एंड इंटरव्यूज विद पंजाबी स्टार्स शाम 6 बजे बेतड़क ते पक्षपात रहित सीनियर पत्रकार जितेंद्र पन्नू जी दा शो प्राइम डिस्कशन देखो शाम 7 बजे ते की रहा अखबारां दीआं सुर्खियां दसणगे स्वर्ण टैणा खबर दी खबर शाम 7:30 बजे सो 50 दे करीब देशां च वास्ते पंजाबियां दे टीवी सेट्स ते स्काई टीवी चैनल 743 वर्जन टीवी चैनल 840 प्रीव्यू चैनल नंबर 264 ते 9 अगस्त 2018 तो ऑनवर्ड्स ब्रिटिश एशिया टीवी है जिथे प्राइम एशिया टीवी है उथे।